ਆ ਦੋਸਤੋ ਵਿਸ਼ੇਸ਼ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਤੁਹਾਡੀ ਖਿਦਮਤ ਦੇ ਵਿੱਚ। ਜਿਵੇਂ ਤੁਹਾਨੂੰ ਪਤਾ ਹੈ ਕਿ ਅਸੀਂ ਅਕਸਰ ਤੁਹਾਡੀ ਖਿਦਮਤ ਦੇ ਵਿੱਚ, ਚਾਹੇ ਉਹ ਮੈਡੀਕਲ ਨਾਲ ਸੰਬੰਧਿਤ ਹੋਣ, ਚਾਹੇ ਉਹ ਵਕਾਲਤ ਨਾਲ ਸੰਬੰਧਿਤ ਹੋਣ, ਚਾਹੇ ਉਹ ਇਮੀਗ੍ਰੇਸ਼ਨ ਦੇ ਮਸਲੇ ਹੋਣ, ਉਹਨਾਂ ਪ੍ਰੋਗਰਾਮਾਂ ਨੂੰ ਲਾਈਵ ਇਸ ਚੈਨਲ ਤੋਂ ਜਸ ਪੰਜਾਬੀ ਤੋਂ ਅਸੀਂ ਬਕਾਇਦਾ ਤੌਰ ਦੇ ਉੱਤੇ ਲੈ ਕੇ ਆਉਂਦੇ ਹਾਂ। ਔਰ ਪਿਛਲੇ ਤਕਰੀਬਨ 10 ਸਾਲਾਂ ਤੋਂ ਡਾਕਟਰ ਇਫਤਕਾਰ ਚੌਧਰੀ ਸਾਡੇ ਚੈਨਲ ਦੇ ਨਾਲ ਜੁੜੇ ਹੋਏ ਨੇ, ਜਿਹੜੇ ਕਿ ਕੁਝ ਘਰੇਲੂ ਰੈਮੇਡੀ ਜਿਹੜੀਆਂ ਨੇ ਉਹਨਾਂ ਨੂੰ ਦੱਸ ਕੇ ਲੋਕਾਂ ਨੂੰ ਫਾਇਦਾ ਪਹੁੰਚਾਉਂਦੇ ਨੇ, ਔਰ ਕੁਝ ਹੋਮਿਓਪੈਥੀ ਜਿਹੜੀ ਹੈ ਹੋਮਿਓਪੈਥੀ ਦੇ ਰਾਹੀਂ ਕਿਸ ਢੰਗ ਦੇ ਨਾਲ ਜਿਹੜੇ ਨੇ ਉਹ ਇਲਾਜ ਹੋ ਸਕਦੇ ਨੇ, ਉਸ ਦੇ ਬਾਰੇ 'ਚ ਵੀ ਜਿਹੜਾ ਹੈ ਉਹ ਅਕਸਰ ਸਾਡੇ ਦਰਸ਼ਕਾਂ ਦੇ ਨਾਲ ਸਾਂਝ ਪਿਆਲੀ ਜਿਹੜੀ ਹੈ ਉਹ ਬਣਾਉਂਦੇ ਰਹਿੰਦੇ ਨੇ। ਕਈ ਇਸ ਤਰ੍ਹਾਂ ਦੀਆਂ ਬਿਮਾਰੀਆਂ ਨੇ ਜਿਹੜੀਆਂ ਕਿ ਮੈਂ ਸਮਝਾਂਗਾ ਕਿ ਐਲੀਓਪੈਥੀ ਦੇ ਹੱਥ ਵਿੱਚ ਨਹੀਂ, ਕਈ ਇਹੋ ਜਿਹੀਆਂ ਬਿਮਾਰੀਆਂ ਹੁੰਦੀਆਂ ਨੇ ਜਿਹੜੀਆਂ ਹੋਮਿਓਪੈਥੀ ਦੇ ਬਸ ਦੇ ਵਿੱਚ ਵੀ ਨਹੀਂ ਹੁੰਦੀਆਂ। ਹਰ ਇੱਕ ਖੇਤਰ ਜਿਹੜਾ ਉਹ ਆਪਣਾ ਵੱਖਰਾ ਵੱਖਰਾ ਖੇਤਰ ਕੰਮ ਜਿਹੜਾ ਹੈ ਉਹ ਕਰਦਾ। ਜਿੱਥੇ ਡਾਕਟਰ ਚੌਧਰੀ ਜਿਹੜੇ ਨੇ ਉਹ ਹੋਮਿਓਪੈਥੀ ਔਰ ਆਯੁਰਵੈਦਿਕ ਦੇ ਮਾਹਰ ਨੇ, ਮਹਾਰਤ ਰੱਖਦੇ ਨੇ ਪਿਛਲੇ ਲੰਬੇ ਸਮੇਂ ਤੋਂ, ਉਹ ਆਪਣਾ ਇਹ ਜਿਹੜਾ ਵੱਡਾ ਸਟੋਰ ਹੈ, ਕਲੀਨਿਕ ਹੈ, ਉਸ ਨੂੰ ਜੈਕਸਨ ਹਾਈਟ ਦੇ ਵਿੱਚ ਚਲਾ ਰਹੇ ਨੇ, ਔਰ ਅੱਜ ਉਹਨਾਂ ਨਾਲ ਅਸੀਂ ਇੱਕ ਵਿਸ਼ੇਸ਼ ਖਾਸ ਤੌਰ ਦੇ ਉੱਤੇ ਵਿਸ਼ੇ 'ਤੇ ਗੱਲਬਾਤ ਕਰਾਂਗੇ। ਉਹ ਅਸੀਂ ਉਹਨਾਂ ਨਾਲ ਕਰਾਂਗੇ ਕਿਡਨੀ ਦੀ ਗੱਲ ਦੇ ਉੱਤੇ। ਅੱਜ ਦੀ ਤਰੀਕ ਦੇ ਵਿੱਚ ਐਡਾ ਵੱਡਾ ਪ੍ਰਕੋਪ ਹੈ ਕਿ ਜਿਹੜੀ ਡਾਇਬਿਟੀ ਹੈ ਉਹ 3-3 ਸਾਲ ਦੇ ਬੱਚਿਆਂ ਨੂੰ ਵੀ ਫੁੱਲ ਡਾਇਬਿਟੀ ਹੈ ਜਿਹਨਾਂ ਨੂੰ ਇੰਸੂਲਿਨ ਦਿੱਤੀ ਜਾਂਦੀ ਹੈ, ਔਰ ਇਦਾਂ ਦੇ ਕੇਸ ਮੇਰੇ ਆਪਣੇ ਅੱਖੀਂ ਦੇਖਣ ਦੇ ਵਿੱਚ ਆਏ ਨੇ। ਔਰ ਜਦੋਂ ਤੁਹਾਡੀ ਮਾੜੀ ਜਿਹੀ ਡਾਇਬਿਟੀ ਵੱਧਦੀ ਹੈ, ਡਾਇਬਿਟੀ ਦੇ ਨਾਲ ਹੋਰ ਤੁਹਾਡੀ ਖੁਰਾਕ, ਆਹਾਰ ਅਤੇ ਕਈ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਸਿੱਧਾ ਤੁਹਾਡੇ ਜਿਹੜੀ ਹੈ ਕਿਡਨੀ ਦੇ ਉੱਤੇ ਅਸਰ ਪਾਉਂਦੀਆਂ ਨੇ। ਔਰ ਅੱਜ ਦੀ ਤਰੀਕ ਦੇ ਵਿੱਚ ਮੈਂ ਸਮਝਾਂਗਾ ਕਿ ਚਾਹੇ ਉਹ ਇੰਡੀਆ, ਚਾਹੇ ਉਹ ਅਮੈਰੀਕਾ, 2/3 ਤੋਂ ਉੱਪਰ ਲੋਕ ਜਿਹੜੇ ਨੇ ਉਹ ਡਾਇਲਿਸਿਸ ਦੇ ਉੱਤੇ ਨੇ, ਔਰ ਉਹਨਾਂ ਨੂੰ ਡਾਇਲਿਸਿਸ ਕਰਾਉਣਾ ਪੈਂਦਾ। ਡਾਇਲਿਸਿਸ ਕੋਈ ਛੋਟਾ ਪ੍ਰੋਸੈਸ ਨਹੀਂ, ਭਾਵੇਂ ਅਮਰੀਕਾ ਵਰਗੇ ਮੁਲਕ ਦੇ ਵਿੱਚ ਬਹੁਤ ਵੱਡੀਆਂ ਸਹੂਲਤਾਂ ਨੇ, ਪਰ ਮਸਲਾ ਇਸ ਗੱਲ ਦਾ ਕਿ ਇੱਕ ਦਿਨ ਡਾਇਲਿਸਿਸ ਕਰਾਉਣ ਤੋਂ ਬਾਅਦ ਘੱਟੋ ਘੱਟ 24 ਘੰਟੇ ਜਿਹੜੀ ਹੈ ਉਹ ਮਰੀਜ਼ ਦੀ ਹਾਲਤ ਜਿਹੜੀ ਹੈ ਉਹ ਨੀਮ ਬੇਹੋਸ਼ੀ ਵਰਗੀ ਰਹਿੰਦੀ ਹੈ, ਨਾ ਉਹ ਪ੍ਰੋਪਰ ਖਾ ਸਕਦਾ। ਜਦ ਤੱਕ ਤੋਂ ਉਹ ਕਾਇਮ ਹੁੰਦਾ ਉਦੋਂ ਤੱਕ ਉਹਦਾ ਡਾਇਲਿਸਿਸ ਜਿਹੜਾ ਹੈ ਉਹ ਦੁਬਾਰਾ ਹੋਣ ਵਾਲਾ ਹੋ ਜਾਂਦਾ, ਔਰ ਲੰਬੀਆਂ ਕਤਾਰਾਂ ਦੇ ਵਿੱਚ ਆਪਣੇ ਨਾਲ ਮੈਚ ਕਰਦੀ ਕਿਡਨੀ ਦੇ ਚੱਕਰ ਦੇ ਵਿੱਚ ਲੋਕ ਜਿਹੜੇ ਨੇ ਉਹ ਭੱਜੇ ਫਿਰਦੇ ਨੇ। ਔਰ ਇਸ ਦੇ ਨਾਲ ਨਾਲ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਕਿ ਬਹੁਤਾਤ ਦੇ ਵਿੱਚ ਵਿਦੇਸ਼ੀ ਲੋਕ ਪੈਸੇ ਦੇ ਜ਼ੋਰ ਦੇ ਨਾਲ ਇੰਡੀਆ ਤੋਂ ਵੀ ਕੁਝ ਲੋਕਾਂ ਨੂੰ ਮੰਗਵਾ ਕੇ ਉਹਨਾਂ ਦੀ ਇੱਕ ਕਿਡਨੀ ਜਿਹੜੀ ਆ ਉਹ ਲੈਂਦੇ ਨੇ, ਪਰ ਮਸਲਾ ਇਸ ਗੱਲ ਦਾ ਕਿ ਜਿਹੜੀਆਂ ਚੀਜ਼ਾਂ ਕਰਕੇ ਪਹਿਲੀਆਂ ਕਿਡਨੀਆਂ ਖਰਾਬ ਹੋਈਆਂ ਹੁੰਦੀਆਂ, ਕਈ ਵਾਰੀ ਉਹ ਦੂਜੀ ਲਈ ਹੋਈ ਕਿਡਨੀ ਜਿਹੜੀ ਹੈ ਉਹ ਉਸ ਤੋਂ ਵੀ ਜਲਦੀ ਜਿਹੜੀ ਹੈ ਉਹ ਦੁਬਾਰਾ ਮੁੜ ਖਰਾਬ ਹੋ ਜਾਂਦੀ ਹੈ। ਅੱਜ ਕਿਡਨੀ ਦੇ ਰੋਗਾਂ ਬਾਰੇ ਕਿੰਨਾ ਕੁ ਸੁਚੇਤ ਹੋਣ ਦੀ ਲੋੜ ਹੈ, ਕਿੰਨਾ ਕੁ ਇਸ ਦੇ ਉੱਤੇ ਮੈਂ ਸਮਝਾਂਗਾ ਕਿ ਧਿਆਨ ਦੇਣ ਦੀ ਲੋੜ ਹੈ, ਔਰ ਕਿਸ ਕਿਸ ਢੰਗ ਦੇ ਨਾਲ ਇਹ ਪਹਿਲੀ ਸਟੇਜ ਹੁੰਦੀ ਹੈ ਕਿ ਕਿਡਨੀ ਦੇ ਉੱਤੇ ਤੁਹਾਡਾ ਅਸਰ ਪੈਂਦਾ। ਕਈ ਕਿਡਨੀ ਸਟੋਨ ਹੈ, ਕਿਡਨੀ ਸਟੋਨ ਦਾ ਆਪਰੇਸ਼ਨ ਕਰਦੇ ਨੇ, ਹੁਣ ਇੱਕ ਛੋਟੀ ਜਿਹੀ ਚੀਜ਼ ਹੈ, ਕਿਡਨੀ ਸਟੋਨ ਦਾ ਆਪਰੇਸ਼ਨ ਕਰਦੇ ਨੇ, ਪਰ ਮੈਂ ਸਮਝਾਂਗਾ ਕਿ ਬਹੁਤ ਤੁਹਾਨੂੰ ਪਤਾ ਹੋਏਗਾ ਕਿ ਆਯੁਰਵੈਦਿਕ ਅਤੇ ਹੋਮਿਓਪੈਥੀ ਦੇ ਵਿੱਚ ਇੱਦਾਂ ਦੇ ਹੁੰਦੇ ਨੇ ਕਿ ਜਿਹੜਾ ਕਿਡਨੀ ਸਟੋਨ ਹੈ ਉਹ ਪਿਸ਼ਾਬ ਰਸਤੇ ਜਿਹੜਾ ਆਪਣੇ ਆਪ ਬਾਹਰ ਆ ਜਾਂਦਾ, ਪਰ ਉਸ ਦੇ ਬਾਰੇ 'ਚ ਬਹੁਤ ਵੱਡੇ ਪੱਧਰ ਦੇ ਉੱਤੇ ਇਹ ਚੀਜ਼ਾਂ ਜਿਹੜੀਆਂ ਨੇ ਠਰੰਮੇ ਨਾਲ ਇਹਨਾਂ ਦਾ ਵੇਟ ਕਰਨਾ ਪੈਂਦਾ। ਅੱਜ ਇਸ ਵਿਸ਼ੇ 'ਤੇ ਗੱਲਬਾਤ ਕਰਾਂਗੇ, ਸਾਡੇ ਨਾਲ ਨੇ ਡਾਕਟਰ ਇਫਤਕਾਰ ਚੌਧਰੀ। ਡਾਕਟਰ ਸਾਹਿਬ ਸਵਾਗਤ ਹੈ ਤੁਹਾਡਾ ਸਾਡੇ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਅਦਾਬ ਜੀ ਐਨ ਸਲਾਮੁਅਲੈਕੁਮ ਅਦਾਬ ਸਤਿ ਸ਼੍ਰੀ ਅਕਾਲ ਸਭ ਲੋਕਾਂ ਨੂੰ। ਦੋਸਤਾਂ ਨੂੰ ਗੁਜ਼ਾਰਿਸ਼ ਕਰਾਂਗਾ, ਕਈ ਵਾਰੀ ਸਾਨੂੰ ਬਾਅਦ ਵਿੱਚ ਆਪਣੇ ਰੋਗਾਂ ਦੇ ਬਾਰੇ 'ਚ ਔਰ ਆਪਣੇ ਬਾਰੇ 'ਚ ਪੁੱਛਣ ਦੇ ਸੰਬੰਧ ਵਿੱਚ ਕਾਲਾਂ ਕਰਦੇ ਨੇ, ਪਰ ਡਾਕਟਰ ਸਾਹਿਬ ਲਾਈਵ ਇਸ ਵੇਲੇ ਪ੍ਰੋਗਰਾਮ ਕਰ ਰਹੇ ਨੇ, ਔਰ ਮੈਂ ਤੁਹਾਨੂੰ ਕਹਾਂਗਾ ਕਿ ਤੁਸੀਂ ਹੁਣ ਹੀ ਪਹਿਲਾਂ ਤੋਂ ਆਪਣੀ ਆਪਣੀ ਕੋਈ ਵੀ ਸਮੱਸਿਆ ਡਿਸਕਸ ਕਰਨੀ ਹੈ ਤਾਂ ਤੁਸੀਂ 7187862022 ਦੇ ਉੱਤੇ ਕਾਲ ਕਰਕੇ ਡਾਕਟਰ ਇਫਤਕਾਰ ਚੌਧਰੀ ਹੋਰਾਂ ਨਾਲ ਆਪਣੀ ਸਮੱਸਿਆ ਜਿਹੜੀ ਹੈ ਉਹ ਸਾਂਝੀ ਕਰ ਸਕਦੇ ਹੋ। ਸਕਰੀਨ ਦੇ ਉੱਤੇ ਆ ਰਹੇ ਨੰਬਰ 7187862022 ਦੇ ਉੱਤੇ। ਡਾਕਟਰ ਸਾਹਿਬ ਕਿਡਨੀ ਦੇ ਬਾਰੇ 'ਚ ਬਿਲਕੁਲ ਤੁਸੀਂ ਬਹੁਤ ਅੱਛਾ ਕੁਐਸਚਨ ਚੁੱਕਿਆ, ਔਰ ਇਹਦੇ ਬਾਰੇ 'ਚ ਮੈਂ ਤੁਹਾਨੂੰ ਡਿਟੇਲ ਨਾਲ ਗੱਲ ਦੱਸਣਾ ਚਾਹੁੰਦਾ ਜੀ। ਮਨੁੱਖੀ ਜੀਵਨ ਦੇ ਵਿੱਚ ਸਭ ਤੋਂ ਪਹਿਲਾਂ ਕਿਡਨੀ ਦੀ ਮਹੱਤਤਾ ਜਿਹੜੀ ਹੈ ਜੀ ਉਹਦੇ ਬਾਰੇ 'ਚ ਜ਼ਰੂਰ ਜਾਣ ਜੀ। ਬਿਲਕੁਲ, ਅੱਛਾ ਕਿਡਨੀ ਜਿਹੜਾ ਹੈ ਨਾ ਤੁਹਾਡਾ ਬਹੁਤ ਹੀ ਅਹਿਮ ਆਰਗਨ ਹੈ। ਕੋਈ ਵੀ ਆਰਗਨ ਹੈ ਜਿਹੜਾ ਉਹ ਇੱਕ ਬਗੈਰ ਉਹਦੇ ਬੰਦਾ ਨਹੀਂ ਚੱਲ ਸਕਦਾ, ਲੇਕਿਨ ਇਹ ਜਿਹੜੇ ਮੇਜਰ ਆਰਗਨਸ ਹੁੰਦੇ ਨੇ ਕਿਡਨੀ, ਲਿਵਰ, ਦਿਮਾਗ, ਹਾਰਟ, ਇਹ ਮੇਜਰ ਆਰਗਨਸ ਨੇ। ਅਤੇ ਅਗਰ ਇਹਨਾਂ 'ਚੋਂ ਕਿਡਨੀ ਦਾ ਫੰਕਸ਼ਨ ਹੁੰਦਾ ਕਿ ਖੂਨ ਨੂੰ ਸਾਫ਼ ਕਰਨਾ, ਕਿਡਨੀ ਫੰਕਸ਼ਨ ਜਿਹੜਾ, ਔਰ ਅਸੀਂ ਕੋਈ ਵੀ
ਦਵਾਈਆਂ ਖਾਂਦੇ ਹਾਂ, ਅੰਗਰੇਜ਼ੀ ਦਵਾਈਆਂ ਸਪੈਸ਼ਲੀ ਕੈਮੀਕਲ ਵਾਲੀਆਂ ਦਵਾਈਆਂ, ਅਤੇ ਉਹ ਕਿਡਨੀ 'ਤੇ ਅਸਰ ਕਰਦੀਆਂ ਨੇ। ਔਰ ਕੁਝ ਜਿਹੜੀਆਂ ਆਯੁਰਵੈਦਿਕ ਵਿੱਚ ਦਵਾਈਆਂ ਜਿਸ ਤਰ੍ਹਾਂ ਉਹ ਕੁਸ਼ਤੇ ਵਗੈਰਾ ਬਣਾਉਂਦੇ ਹੈ, ਮਤਲਬ ਜ਼ਹਿਰੀਲੇ ਮਤਲਬ ਜਿਹੜੀਆਂ ਮਿਨਰਲਸ ਹੁੰਦੀਆਂ ਨੇ ਉਹਨਾਂ ਤੋਂ ਬਣਾ ਕੇ, ਅਗਰ ਉਹ ਸਹੀ ਤਰੀਕੇ ਦਾ ਨਹੀਂ ਬਣਿਆ ਔਰ ਉਹ ਤੁਸੀਂ ਜ਼ਿਆਦਾ ਮਿਕਦਾਰ 'ਚ ਖਾ ਲਿਆ, ਅਤੇ ਤਾਂ ਹੀ ਲੋਕਾਂ ਨੂੰ ਡੈਮੇਜ ਕਿਡਨੀ ਵੀ ਉਹਦੀ ਵਜ੍ਹਾ ਨਾਲ ਵੀ ਹੋ ਜਾਂਦੀ ਹੈ, ਸਮਝ ਕੇ। ਲੇਕਿਨ ਹੋਮਿਓਪੈਥਿਕ ਅਤੇ ਹਰਬਲ, ਹੋਮਿਓਪੈਥਿਕ ਜਿਹੜੀ ਦਵਾਈ ਹੈ ਨਾ ਉਹ ਇਤਨੀ ਸੇਫ ਹੁੰਦੀ ਹੈ ਕਿ ਉਹ ਇੱਕ ਦਿਨ ਦੇ ਬੱਚੇ ਨੂੰ ਵੀ ਅਸੀਂ ਦੇਈ ਦੀ ਹੈ, ਉਹਦਾ ਕੋਈ ਨੁਕਸਾਨ ਨਹੀਂ ਹੁੰਦਾ। ਉਹ ਤੁਹਾਡੀ ਬਾਡੀ ਨੂੰ ਸਟਿਮੂਲੇਟ ਕਰਦੀ ਹੈ, ਹੀਲਿੰਗ ਜਿਹੜੀ ਹੈ, ਹੁਣ ਸਾਡੀ ਬਾਡੀ 'ਚ ਹੀਲਿੰਗ ਹੁੰਦੀ ਹੈ ਆਪਣੇ ਆਪ, ਨੈਚੁਰਲ ਖੁਦਾ ਨੇ ਬਣਾਈ ਹੋਈ ਹੈ ਕਿ ਅਗਰ ਤੁਸੀਂ ਬਿਮਾਰ ਹੁੰਦੇ ਹੋ ਤੁਹਾਡਾ ਇਮਿਊਨ ਸਿਸਟਮ ਸਟਰੋਂਗ ਹੁੰਦਾ ਅਤੇ ਉਹ ਤੁਸੀਂ ਬਿਮਾਰੀ ਤੋਂ ਛੁਟਕਾਰਾ ਪਾ ਸਕਦੇ ਹੋ ਨੈਚੁਰਲੀ। ਕੋਈ ਕੱਟ ਲੱਗਦਾ ਤਾਂ ਦੇਖਦੇ ਹੋ ਤੁਸੀਂ, ਅਗਰ ਕੋਈ ਕੱਟ ਲੱਗ ਜਾਂਦਾ, ਸੱਟ ਲੱਗ ਜਾਂਦੀ ਹੈ, ਅਤੇ ਉਹ ਕਰੀਮ ਵਗੈਰਾ 'ਤੇ ਲਾਈ ਦੀ ਹੈ ਕਿ ਉਹ ਇਨਫੈਕਸ਼ਨ ਨਾ ਹੋਵੇ, ਉਹ ਬਾਡੀ ਖੁਦ ਉਹਨੂੰ ਹੀਲ ਕਰਦੀ ਹੈ। ਖੂਨ ਬੰਦ ਹੋ ਜਾਂਦਾ 2-3 ਮਿੰਟ 'ਚ, ਫਿਰ ਉਹ ਆਸਤੇ ਆਸਤੇ ਹੀਲ ਹੁੰਦੀ ਹੈ, ਸਕਿਨ ਵੀ ਬੰਦ, ਤੁਹਾਨੂੰ ਪਤਾ ਵੀ ਨਹੀਂ ਲੱਗਦਾ ਕਿ ਜ਼ਖਮ ਬੰਦ ਹੋ ਗਏ, ਠੀਕ ਹੈ। ਅੱਛਾ, ਹੋਮਿਓਪੈਥੀ ਕੀ ਕਰਦੀ ਹੈ ਕਿ ਤੁਹਾਡੀ ਬਾਡੀ ਦੇ ਹੀਲਿੰਗ ਜਿਹੜੀ ਹੈ ਉਹਨੂੰ ਸਟਿਮੂਲੇਟ ਕਰਦੀ ਹੈ, ਉਹ ਬਜ਼ਾਤੇ ਖੁਦ, ਨਾ ਕੋਈ ਐਂਟੀਬਾਇਓਟਿਕ ਹੁੰਦਾ, ਨਾ ਸਟੇਰੋਇਡ ਹੁੰਦਾ, ਨਾ ਕੋਈ ਕੈਮੀਕਲ ਮੈਡੀਸਨ ਹੁੰਦੀ ਹੈ, ਉਹ ਹਰਬਸ ਔਰ ਹੋਮਿਓਪੈਥਿਕ ਇਨਗਰੀਡੀਐਂਟ ਜਿਹੜੀ ਕਿ ਉਹਦੀ ਮਿਕਦਾਰ ਜਿਹੜੀ ਹੈ ਬਿਲਕੁਲ ਹੀ ਨਾ ਹੋਣੇ ਦੇ ਬਰਾਬਰ ਹੁੰਦੀ ਹੈ, ਅਤੇ ਇਸ ਵਜ੍ਹਾ ਨਾਲ ਉਹਦਾ ਨੁਕਸਾਨ ਨਹੀਂ ਹੁੰਦਾ ਬਾਡੀ ਨੂੰ, ਔਰ ਉਹ ਤੁਹਾਡੀ ਬਾਡੀ ਨੂੰ ਹੀਲ ਕਰਦੀ ਹੈ। ਹੁਣ ਅਗਰ ਕਿਡਨੀ ਫੰਕਸ਼ਨ ਤੁਹਾਡਾ, ਅੱਛਾ ਦੂਸਰੀ ਗੱਲ ਹੈ, ਕਿਡਨੀ ਫੰਕਸ਼ਨ ਜਿਹੜਾ ਉਹ ਤੁਹਾਡਾ ਇੱਕਦਮ ਨਹੀਂ, ਮਤਲਬ ਮੋਸਟਲੀ ਜਿਹੜਾ ਉਹ ਆਸਤੇ ਆਸਤੇ ਚੀਜ਼ਾਂ ਡੈਮੇਜ ਹੁੰਦੀਆਂ ਨੇ, ਔਰ ਅਗਰ ਤੁਸੀਂ ਬਲੱਡ ਪ੍ਰੈਸ਼ਰ ਦੀ ਦਵਾਈ ਖਾ ਰਹੇ ਹੋ, ਡਾਇਬਟੀਜ਼ ਦੀ ਦਵਾਈ ਖਾ ਰਹੇ ਹੋ, ਤੁਹਾਡੀ ਸ਼ੂਗਰ ਕੰਟਰੋਲ ਨਹੀਂ ਹੈ, ਅਤੇ ਉਹਦੀ ਵਜ੍ਹਾ ਨਾਲ ਵੀ ਕਿਡਨੀ ਫੰਕਸ਼ਨ ਉਹਨੂੰ ਇਫੈਕਟ ਕਰਦਾ, ਔਰ ਕਿਡਨੀ ਜਿਹੜਾ ਆਸਤੇ 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 ਉਹ ਕੰਮ ਘੱਟ ਕਰਦਾ, ਉਹ ਡੈਮੇਜ ਹੋ ਰਿਹਾ ਹੁੰਦਾ। ਤੁਸੀਂ ਡਾਕਟਰ ਕੋਲ ਵੀ ਜਾਂਦੇ ਹੋ ਐਲੋਪੈਥਿਕ ਦੇ, ਉਹ ਤੁਹਾਨੂੰ ਕਹਿੰਦੇ ਜੀ ਤੁਹਾਡਾ ਕਿਡਨੀ ਡੈਮੇਜ ਹੋ ਰਿਹਾ, ਤੁਸੀਂ ਇਹਦਾ ਟੇਕ ਕੇਅਰ ਕਰੋ। ਹੁਣ ਇਹਦੇ ਵਾਸਤੇ ਸਾਡੇ ਕੋਲ ਤਾਂ ਕੋਈ ਦਵਾਈ ਨਹੀਂ ਹੈ ਕਿ ਉਹਨੂੰ ਕਿਡਨੀ ਨੂੰ ਠੀਕ ਕੀਤਾ ਜਾ ਸਕੇ, ਲੇਕਿਨ ਜਦੋਂ ਜ਼ਿਆਦਾ ਪ੍ਰੋਬਲਮ ਹੋ ਜਾਂਦਾ ਤਾਂ ਫਿਰ ਉਹ ਡਾਇਲੈਸਿਸ 'ਤੇ ਚਲਾ ਜਾਂਦਾ ਮਰੀਜ਼। ਅਤੇ ਉਸ ਤੋਂ ਪਹਿਲਾਂ ਹੋਮਿਓਪੈਥਿਕ ਦਾ ਜਿਹੜਾ ਤਰੀਕੇ ਇਲਾਜ, ਅਗਰ ਤੁਸੀਂ ਮੈਨੂੰ ਕਹੋ ਕਿ ਸਭ ਤੋਂ ਅੱਛੀ ਦਵਾਈ ਹੋਮਿਓਪੈਥਿਕ 'ਚ ਕੀ ਹੈ, ਤਾਂ ਉਹ ਕਿਡਨੀ ਵਾਸਤੇ ਹੈ, ਸਮਝ ਗਏ ਨਾ, ਕਿਡਨੀ, ਕਿਡਨੀ ਸਟੋਨ, ਕਿਡਨੀ ਫੰਕਸ਼ਨ, ਮਤਲਬ ਡਿਫਰੈਂਟ ਚੀਜ਼ਾਂ ਹੁੰਦੀਆਂ ਨੇ, ਔਰ ਕਿਡਨੀ 'ਚ ਇਨਫਲੇਮੇਸ਼ਨ ਹੋ ਜਾਂਦੀ ਹੈ, ਔਰ ਹੈਰੀਡੀਟਰੀ ਫੈਕਟਰ ਵੀ ਹੈ, ਤੁਹਾਨੂੰ ਕੋਈ ਸ਼ੂਗਰ ਨਹੀਂ, ਕੋਈ ਬਲੱਡ ਪ੍ਰੈਸ਼ਰ ਨਹੀਂ, ਇਕਦਮ ਤੁਹਾਨੂੰ ਅਚਾਨਕ ਤੁਹਾਡਾ ਜਿਹੜਾ ਉਹ ਆਰਗਨ ਕੋਈ ਕੰਮ ਨਹੀਂ ਕਰ ਰਿਹਾ, ਜਿਹਦੇ 'ਚ ਤੁਸੀਂ ਜਿਸ ਤਰ੍ਹਾਂ ਬੱਚਿਆਂ ਦੀ ਮੈਂਸ਼ਨ ਕੀਤੀ ਹੈ, ਡਾਇਬਟੀਜ਼ ਹੈ, ਉਹ ਪੈਨਕਰੀਜ਼ ਜਿਹੜਾ 3-3 ਸਾਲ ਉਹਨਾਂ ਦਾ ਲਬ ਲਬਾ ਜਿਹੜਾ ਜਿਹੜੀ ਇਨਸੁਲਿਨ ਬਣਾਉਂਦਾ ਹੈ, ਉਹਦੇ 'ਚ ਇਨਫਲੇਮੇਸ਼ਨ ਹੋ ਕੇ ਉਹ ਫਿਰ ਸੈੱਲ ਜਿਹੜੇ ਹੈ ਇਨਸੁਲਿਨ ਬਣਾਉਣ ਵਾਲੇ ਸੈੱਲ ਕੰਮ ਨਹੀਂ ਕਰਦੇ, ਅਤੇ ਉਹ ਫਿਰ ਇਨਸੁਲਿਨ ਦੇਣੀ ਪੈਂਦੀ ਹੈ। ਅਤੇ ਅਗਰ ਉਹ ਸ਼ੁਰੂ 'ਚ ਹੀ ਪਤਾ ਲੱਗ ਜਾਏ ਔਰ ਹੋਮਿਓਪੈਥਿਕ ਦਵਾਈ ਸ਼ੁਰੂ ਕੀਤੀ ਜਾਏ, ਤਾਂ ਉਹਦਾ ਸਟਿਮੂਲੇਸ਼ਨ ਹੁੰਦਾ, ਉਹ ਬਜ਼ਾਤੇ ਖੁਦ, ਕਈ ਦਫ਼ਾ ਹੁੰਦਾ ਕਈਆਂ ਨੂੰ ਟਾਈਪ 1 ਥੋੜ੍ਹੀ ਬੱਚੇ ਨੂੰ ਡਾਇਬਟੀਜ਼ ਹੋਈ ਔਰ ਬਾਅਦ ਵਿੱਚ ਉਹ ਆਪੇ ਵੀ ਠੀਕ ਹੋ ਜਾਂਦਾ, ਅਗਰ ਉਹਦੇ ਪੈਂਕਰੀਜ਼ ਜਿਹੜੇ ਨੇ ਉਹਦੇ ਸੈੱਲ ਜਿਹੜੇ ਨੇ ਉਹ ਕੰਮ ਕਰਨ ਲੱਗ ਜਾਂਦੇ ਨੇ, ਅਤੇ ਉਹ ਹੋਮਿਓਪੈਥਿਕ ਹਰਬਲ ਦਵਾਈ ਦੇ ਕੇ ਉਹ ਸਟਿਮੂਲੇਸ਼ਨ ਹੁੰਦੀ ਹੈ ਕਿ ਹੀਲਿੰਗ ਪਾਵਰ ਤੁਹਾਡੀ ਬਾਡੀ ਦੀ ਵੱਧਦੀ ਹੈ, ਅਤੇ ਉਹਦੇ ਨਾਲ ਤੁਹਾਨੂੰ ਫਿਰ ਹੈ ਕਿ ਇਨਸੁਲਿਨ ਘੱਟ ਜਾਂਦੀ ਹੈ। ਔਰ ਅਗਰ ਕਿਡਨੀ ਤੁਹਾਡਾ ਡੈਮੇਜ ਹੋ ਰਿਹਾ, ਅਤੇ ਫਸਟ ਆਫ ਆਲ ਤਾਂ ਕਿਡਨੀ ਜਿਹੜਾ ਅਗਰ ਹੋਮਿਓਪੈਥਿਕ ਦਵਾਈ ਦੇਣੀ ਸ਼ੁਰੂ ਕੀਤੀ ਜਾਏ ਤਾਂ ਉਹ ਫਸਟ ਆਫ ਆਲ ਤਾਂ ਉੱਥੇ ਰੁਕ ਜਾਂਦਾ, ਫਰਦਰ ਡੈਮੇਜ ਨਹੀਂ ਹੁੰਦਾ, ਸਮਝ ਗਏ, ਔਰ ਆਸਤੇ ਆਸਤੇ ਹੀਲ ਹੁੰਦਾ। ਔਰ ਅਗਰ ਕੁਝ ਪਰਸੈਂਟੇਜ ਉਹਦੀ ਕਿਡਨੀ ਦੀ ਕੰਮ ਕਰ ਰਹੀ ਹੈ ਔਰ ਤੁਸੀਂ ਹੋਮਿਓਪੈਥਿਕ ਦਵਾਈ ਖਾ ਕੇ ਉਹਨੂੰ ਉੱਥੇ ਹੀ ਰੋਕ ਲੈਂਦੇ ਹੋ, ਅਤੇ ਤਾਂ ਵੀ ਵੱਡੀ ਗੱਲ ਹੈ ਕਿ ਤੁਸੀਂ ਡਾਇਲੈਸਿਸ 'ਤੇ ਨਹੀਂ ਜਾਂਦੇ, ਸਮਝ ਗਏ, ਡਿਵੈਲਪ ਹੋ ਜਾਂਦੇ। ਹਾਂਜੀ, ਔਰ ਦੂਸਰੀ ਗੱਲ ਅਸੀਂ ਕਰਨੇ ਆ ਕਿ ਜਿਹੜੀ ਅੰਗਰੇਜ਼ੀ ਦਵਾਈਆਂ ਖਾ ਰਹੇ ਹੋ ਤੁਸੀਂ, ਕੈਮੀਕਲ ਦਵਾਈਆਂ, ਉਹਦਾ ਸਬਸਟੀਟਿਊਟ ਹੋਮਿਓਪੈਥਿਕ ਅਤੇ ਹਰਬਲ 'ਚ ਹੈ, ਔਰ ਇੱਕਦਮ ਨਹੀਂ ਕੋਈ ਵੀ ਦਵਾਈ ਛੱਡਣੀ, ਮਤਲਬ ਆਸਤੇ ਆਸਤੇ ਤੁਸੀਂ, ਜਦੋਂ ਸਾਡੇ ਮਰੀਜ਼ ਸਾਡੇ ਕੋਲ ਆਉਂਦੇ ਨੇ ਉਹਨਾਂ ਨੂੰ ਅਸੀਂ ਸ਼ੂਗਰ ਦੀ ਵੀ ਦਵਾਈ ਦਿੰਦੇ ਹਾਂ, ਬਲੱਡ ਪ੍ਰੈਸ਼ਰ ਦੀ ਵੀ ਦਿੰਦੇ ਹਾਂ, ਨਾਲ ਅਗਰ ਉਹਨਾਂ ਨੂੰ ਕੋਲੈਸਟਰੋਲ ਹੈ, ਦੂਜੀਆਂ ਜਿਹੜੀਆਂ ਐਲੋਪੈਥੀ ਦਵਾਈਆਂ ਨੇ ਉਹਦਾ ਸਬਸਟੀਟਿਊਟ ਦੇਈਦਾ, ਅਤੇ ਉਹ ਆਸਤੇ ਆਸਤੇ ਉਹ ਕੰਮ ਕਰਨਾ ਸ਼ੁਰੂ ਕਰ ਦਿੰਦੇ, ਔਰ ਨਾਲ ਉਹਨਾਂ ਦੇ ਇੱਕ ਤਾਂ ਕਿਡਨੀ ਤੁਹਾਡਾ ਡੈਮੇਜ ਹੈ, ਹੁਣ ਅੱਗੇ ਹੋਰ ਅੰਗਰੇਜ਼ੀ ਦਵਾਈਆਂ ਖਾ ਖਾ ਕੇ ਹੋਰ ਡੈਮੇਜ ਹੋ ਰਿਹਾ, ਅਤੇ ਇੱਕ ਇਹ ਵੀ ਵੱਡੀ ਗੱਲ ਹੋ ਜਾਂਦੀ ਹੈ ਕਿ ਅਗਰ ਤੁਸੀਂ ਅੰਗਰੇਜ਼ੀ ਦਵਾਈਆਂ ਤੋਂ ਜਾਨ ਛੁੱਟ ਜਾਏ ਔਰ ਹੋਮਿਓਪੈਥਿਕ ਹਰਬਲ ਦਵਾਈ ਨਾਲ ਤੁਹਾਡੇ ਸਾਰੇ ਚੀਜ਼ਾਂ ਕੰਟਰੋਲ 'ਚ ਰਹਿਣ, ਔਰ ਫਿਰ ਕਿਡਨੀ ਫੰਕਸ਼ਨ ਵਾਸਤੇ ਵੀ ਦਵਾਈ ਦਿੱਤੀ ਜਾਏ, ਅਤੇ ਉਹ ਵੀ ਆਸਤੇ ਆਸਤੇ, ਔਰ ਤੁਸੀਂ ਡਾਕਟਰ ਕੋਲ ਜਾਣਾ, ਤੁਸੀਂ 2-3 ਮਹੀਨੇ ਲਗਾਤਾਰ ਦਵਾਈ ਖਾ ਕੇ ਤੁਸੀਂ ਚੈੱਕ ਕਰਨਾ ਕਿ ਕਿੰਨਾ ਫੰਕਸ਼ਨ ਬਿਹਤਰ ਹੋ ਰਿਹਾ,
ਕੋਈ ਇਹ ਨਹੀਂ ਕਿ ਅੱਖਾਂ ਬੰਦ ਕਰ ਲੈਣੀਆਂ ਨੇ ਬਈ ਦਵਾਈ ਕਿਸ ਤਰ੍ਹਾਂ ਕੰਮ ਕਰ ਰਹੀ, ਕੋਈ ਪਤਾ ਨਹੀਂ, ਤੁਸੀਂ ਆਪਣੇ ਡਾਕਟਰ ਕੋਲ ਜਾਣਾ, ਚੈੱਕਅਪ ਉੱਥੇ ਕਰਾਉਣ, ਸਾਡੇ ਕਿੰਨੇ ਹਜ਼ਾਰਾਂ ਦੇ ਹਿਸਾਬ 'ਤੇ ਪੇਸ਼ੈਂਟ ਨੇ ਜਿਹੜੇ ਕਿ ਮੁਖਤਲਿਫ ਬਿਮਾਰੀਆਂ ਦੇ, ਕਿਡਨੀ ਦੇ ਵੀ ਸਾਰੇ, ਅਤੇ ਉਹ ਡਾਕਟਰ ਕੋਲ ਜਾਂਦੇ ਨੇ, ਚੈੱਕਅਪ ਕਰਾਉਂਦੇ ਨੇ, ਦਵਾਈ ਹੋਮਿਓਪੈਥਿਕ ਖਾਂਦੇ ਨੇ, ਆਸਤੇ ਆਸਤੇ ਉਹਨਾਂ ਦੀ ਇੰਪਰੂਵਮੈਂਟ ਹੋਣੀ ਸ਼ੁਰੂ ਹੋ ਜਾਂਦੀ ਹੈ, ਔਰ ਉਹਦੀ ਵਜ੍ਹਾ ਨਾਲ ਉਹ ਮਤਲਬ ਡਾਇਲੈਸਿਸ ਤੋਂ ਵੀ ਬਚ ਸਕਦੇ ਹੈ। ਠੀਕ ਹੈ ਨਾ ਡਾਕਟਰ ਸਾਹਿਬ, ਨਾਲ ਨਾਲ ਕਾਲ ਜ਼ਰੂਰ ਲੈ ਲਈਏ ਕਿਉਂਕਿ ਕਾਲਰਸ ਦੀਆਂ ਕਈ ਸਮੱਸਿਆਵਾਂ ਹੁੰਦੀਆਂ, ਉਹ ਤੁਹਾਡੇ ਨਾਲ ਡਿਸਕਸ ਕਰਨੀਆਂ ਚਾਹੁੰਦੇ ਨੇ। ਹੈਲੋ ਧੰਨਵਾਦ ਕਰਨਾ, ਤੇ ਉਹ ਮੇਰੇ ਪੈਰਾਂ ਨੂੰ ਸੋਜ ਰਹਿੰਦੀ ਸੀ, ਉਹ ਮੁੜ ਕੇ ਨੀ ਹੋਈ, ਦਵਾਈ ਮੈਂ ਥੋੜੀ ਥੋੜੀ ਵਰਤਦਾ ਰਿਹਾ ਤੁਹਾਡੇ ਵਾਲੀ। ਠੀਕ ਹੈ ਜੀ, ਬਹੁਤ ਸ਼ੁਕਰੀਆ ਤੁਸੀਂ ਕਾਲ ਕੀਤੀ। ਹਾਂਜੀ, ਜਿਹੜੀ ਵੀ ਅਗਰ ਥੋੜੀ ਬਹੁਤ ਵੀ ਅੰਗਰੇਜ਼ੀ ਦਵਾਈ ਖਾਂਦੇ ਹੋ ਨਾ, ਤੇ ਉਹਦੀ ਜਗ੍ਹਾ ਤੁਸੀਂ ਹੋਮਿਓਪੈਥਿਕ ਹਰਬਲ ਦਵਾਈ ਖਾਓ, ਸ਼ੂਗਰ ਵਾਸਤੇ ਵੀ ਤੇ ਬਲੱਡ ਪ੍ਰੈਸ਼ਰ ਵਾਸਤੇ, ਤੇ ਨਾਲੇ ਤੁਸੀਂ ਪਾਣੀ ਥੋੜਾ ਜ਼ਿਆਦਾ ਪੀਆ ਕਰੋ। ਹਾਂਜੀ, ਜਿਹੜਾ ਪਿਸ਼ਾਬ ਲੱਗਦਾ ਹੈ ਨਾ, ਜ਼ਿਆਦਾ ਜਲਨ ਹੁੰਦੀ ਹੈ, ਤੇ ਉਹ ਪਾਣੀ ਔਰ ਕਬਜ਼ ਦੀ ਸ਼ਿਕਾਇਤ ਤੇ ਨਹੀਂ ਹੈ ਤੁਹਾਨੂੰ ਕਨਸਟੀਪੇਸ਼ਨ? ਹਾਂਜੀ, ਉਹ ਹੁੰਦੀ ਤਾਂ ਹੈ, ਵੈਸੇ ਉਹਦੀ ਦਵਾਈ ਵਰਤਦਾ ਰਹਿਣਾ ਮੈਂ, ਫੇਰ ਠੀਕ ਰਹਿੰਦੀ ਆ ਜੀ, ਤੇ ਉਦਾਂ ਕਈ ਵਾਰੀ ਹੁੰਦਾ ਵੀ ਖੁਸ਼ਕ ਜੀ ਹੁੰਦੀ ਕਦੇ ਕਦੇ, ਕਦੇ ਠੀਕ ਹੋ ਜਾਂਦੀ। ਠੀਕ ਹੈ, ਤੇ ਤੁਸੀਂ ਉਹਦੇ ਵਾਸਤੇ ਵੀ ਥੋੜਾ ਅੱਧਾ ਕੱਪ ਦੁੱਧ ਦਾ ਗਲਾਸ ਗਰਮ ਕਰਕੇ ਪੀਆ ਕਰੋ, ਕਿਉਂਕਿ ਤੁਹਾਨੂੰ ਸ਼ੂਗਰ ਹੈ, ਜ਼ਿਆਦਾ ਦੁੱਧ ਨਹੀਂ ਚਾਹੀਦਾ ਤੁਹਾਨੂੰ, ਨਾ ਮਿੱਠਾ ਉਹਦੇ 'ਚ ਪਾਉਣਾ, ਅਤੇ ਸਿਰਫ ਅੱਧਾ ਕੱਪ ਦੁੱਧ, ਅਤੇ ਵੈਸੇ ਤੁਸੀਂ ਪਾਣੀ ਦਾ ਜਿਹੜਾ ਨਾ ਯੂਜ਼ ਆਪਣਾ ਜ਼ਿਆਦਾ ਕਰੋ, 5-7 ਗਲਾਸ ਪਾਣੀ ਪੀਆ ਕਰੋ ਰੋਜ਼। ਹਾਂਜੀ, ਠੀਕ ਹੈ ਜੀ, ਠੀਕ ਹੈ, ਹਾਂਜੀ, ਮਿਹਰਬਾਨੀ ਜੀ, ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਹਾਂਜੀ ਡਾਕਟਰ ਸਾਹਿਬ, ਜਿਹੜਾ ਕਿਡਨੀ ਸਟੋਨ ਹੈ ਜੀ, ਜਿਹੜਾ ਉਹ ਅੱਜ ਦੀ ਤਰੀਕ ਦੇ ਵਿੱਚ ਬੜੇ ਵੱਡੇ ਪੱਧਰ ਦੇ ਉੱਤੇ ਇਹ ਗੱਲ ਹੁੰਦੀ ਹੈ ਜੀ, ਮੇਰੇ ਕਿਡਨੀ ਸਟੋਨ ਹੈ, ਕਿਡਨੀ ਸਟੋਨ ਦੀ ਪੇਨ ਜਿਹੜੀ ਹੈ ਉਹ ਬੜੀ ਬਹੁਤ ਜ਼ਿਆਦਾ ਹੁੰਦੀ ਹੈ, ਔਰ ਉਹ ਬਰਦਾਸ਼ਤ ਕਰਨ ਤੋਂ ਬਾਹਰੀ ਹੁੰਦੀ ਹੈ, ਫਿਰ ਦਵਾ ਦਵ ਡਾਕਟਰ ਕੋਲ ਜਾ ਕੇ ਸਰਜਰੀ ਵਾਲੇ ਪਾਸੇ ਨੂੰ ਜਿਹੜੇ ਲੋਕ ਜਾਂਦੇ ਆ, ਜਾਂ ਉਸ ਪੇਨ ਨੂੰ ਰੋਕਣ ਵਾਸਤੇ ਪੇਨ ਕਿਲਰ ਲੈਣੀਆਂ ਪੈਂਦੀਆਂ ਨੇ, ਕੀ ਕਿਡਨੀ ਸਟੋਨ ਵੀ ਕਿਡਨੀ ਨੂੰ ਡੈਮੇਜ ਕਰਨ ਵਾਸਤੇ ਜ਼ਿੰਮੇਵਾਰ ਹੈ? ਜੀ ਬਿਲਕੁਲ ਹੈ, ਔਰ ਇਹਦੀ ਸਭ ਤੋਂ ਵੱਡੀ ਵਜ੍ਹਾ ਜਿਹੜੀ ਹੁੰਦੀ ਹੈ ਨਾ, ਜਿਹਨਾਂ ਲੋਕਾਂ ਨੂੰ ਕਿਡਨੀ ਸਟੋਨ ਹੁੰਦੇ ਆ, ਉਹ ਪਾਣੀ ਘੱਟ ਪੀਂਦੇ ਨੇ, ਇਹ ਬਹੁਤ ਵੱਡੀ ਵਜ੍ਹਾ ਹੈ, ਨੰਬਰ 1 ਕਾਜ਼ ਹੈ ਕਿ ਜਿਹੜੇ ਲੋਕਾਂ ਨੂੰ ਕਿਡਨੀ ਸਟੋਨ ਹੁੰਦਾ ਉਹ ਪਾਣੀ ਦੀ ਮਿਕਦਾਰ ਜਿਹੜੀ ਹੈ ਬਹੁਤ ਘੱਟ ਲੈਂਦੇ ਨੇ, ਔਰ ਅਗਰ ਤੁਸੀਂ ਪਾਣੀ ਨਹੀਂ ਪੀਓਗੇ ਤਾਂ ਤੁਹਾਡਾ ਇੱਕ ਬੋਡੀ ਹੈ ਨਾ, ਪਲੰਬਿੰਗ ਸਿਸਟਮ ਹੈ, ਤੁਸੀਂ ਪਾਣੀ ਕਿਉਂ ਕਹੀਦਾ ਪਾਣੀ ਪੀਓ, ਤੁਸੀਂ ਪਾਣੀ ਪੀਓਗੇ ਤੁਹਾਡਾ ਸਿਸਟਮ ਮਤਲਬ ਕਲੀਨ ਹੁੰਦਾ ਰਹੇਗਾ, ਤੁਸੀਂ ਯੂਰਿਨ ਕਰੋਗੇ, ਔਰ ਇੱਥੇ ਹੁਣ ਇਸ ਮੌਸਮ ਵਿੱਚ ਇੰਨੀ ਠੰਡ ਹੁੰਦੀ ਹੈ ਅਤੇ ਪਾਣੀ ਦਾ ਦਿਲ ਨਹੀਂ, ਤੁਹਾਨੂੰ ਪਿਆਸ ਨਹੀਂ ਲੱਗਦੀ, ਕਿਉਂਕਿ ਸਾਡੇ ਮੁਲਕਾਂ 'ਚ ਗਰਮੀ ਹੁੰਦੀ ਹੈ, ਪਸੀਨਾ ਆਉਂਦਾ, ਤੁਹਾਨੂੰ ਪਿਆਸ ਫੀਲ ਹੁੰਦੀ ਹੈ, ਤੁਸੀਂ ਪਾਣੀ ਪੀਂਦੇ ਹੋ, ਯੂਰਿਨ ਵੀ ਕਰਦੇ ਹੋ, ਲੇਕਿਨ ਇੱਥੇ ਕੀ ਹੈ ਕਿ ਤੁਹਾਨੂੰ ਪਾਣੀ ਆਪਣੇ ਆਪ ਪੀਣਾ ਪੈਂਦਾ, ਆਪੂ ਪੀਣਾ ਚਾਹੀਦਾ, ਬਜਾਏ ਪਿਆਸ ਲੱਗਣੇ ਤੋਂ ਪਹਿਲਾਂ ਹੀ ਪਾਣੀ ਪੀਓ, ਔਰ ਤੁਸੀਂ 6-7 ਦਫ਼ਾ ਬਾਥਰੂਮ ਜਾਓ ਫਾਰ ਯੂਰੀਨੇਸ਼ਨ, ਇਹ ਕੋਈ ਪ੍ਰੋਬਲਮ ਨਹੀਂ ਹੈ। ਹੁਣ ਕਈ ਲੋਕ ਸਮਝਦੇ ਜੀ ਵਾਰ ਵਾਰ ਮੈਂ ਪਿਸ਼ਾਬ ਕਿਸ ਤਰ੍ਹਾਂ ਕਰਾਂ, ਜਾਂ ਕੋਈ ਗੱਡੀ ਚਲਾਉਂਦੇ ਨੇ, ਟਰੱਕ ਚਲਾਉਂਦੇ ਨੇ, ਆਫਿਸ 'ਚ ਕੰਮ ਕਰਦੇ ਨੇ, ਸਪੈਸ਼ਲੀ ਔਰਤਾਂ ਇਹਦੇ 'ਚ ਆ ਜਾਂਦੀਆਂ ਨੇ ਕਿ ਉਹ ਜਿਹੜੇ ਟੈਕਸੀ ਵਗੈਰਾ ਚਲਾਉਂਦੇ ਨੇ ਉਹਨਾਂ ਨੂੰ ਜ਼ਿਆਦਾ ਸਮੱਸਿਆ ਹੁੰਦੀ ਹੈ ਬਾਥਰੂਮ ਵਗੈਰਾ ਜਾਣ ਦੀ, ਸਿਟੀ ਦੇ ਵਿੱਚ ਬੜਾ ਪ੍ਰੋਬਲਮਸ ਹੁੰਦੀਆਂ ਨੇ। ਬਿਲਕੁਲ, ਹੁਣ ਦੇਖੋ ਨਾ, ਹੁਣ ਤੁਸੀਂ ਉਹ ਕਹੋਗੇ ਗੱਡੀ 'ਚ, ਮੈਂ ਮਜ਼ਾਕ ਨਾਲ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਉਹਦੇ ਉਹਨੂੰ ਮਫਲਰ ਨੂੰ ਮਤਲਬ ਕੱਪੜਾ ਲਪੇਟ ਦਿਓ ਜੀ, ਉਹ ਗੈਸ ਨਾ ਨਿਕਲੇ ਗੱਡੀ ਦੀ, ਅਤੇ ਚੱਲੇਗੀ ਗੱਡੀ, ਮਤਲਬ ਪ੍ਰੋਬਲਮ ਹੋਏਗਾ ਨਾ, ਇੰਜਨ ਬੰਦ ਹੋਏਗਾ, ਅਤੇ ਵਟ ਅਬਾਊਟ ਯੋਰ ਬਾਡੀ, ਯੂ ਹੈਵ ਟੂ ਡੂ ਇਟ ਨਾ। ਹੁਣ ਸਿਟੀ ਅਗਰ ਤੁਸੀਂ ਟਾਈਮ ਨਹੀਂ ਹੈ, ਤੁਸੀਂ ਉਹਦਾ ਅਰੇਂਜ ਕਰਨਾ ਨਾ, ਮਤਲਬ ਯੂਰਿਨ ਕਰੋ, ਪਾਣੀ ਪੀਓ, ਉਹਦੀ ਜਗ੍ਹਾ ਕਿਤੇ ਪਾਰਕ ਕਰਕੇ ਪਿਸ਼ਾਬ ਜ਼ਰੂਰ, ਮਤਲਬ ਹੁਣ ਇਹ ਵਜ੍ਹਾ ਤੇ ਨਹੀਂ ਨਾ ਜੀ ਉੱਥੇ ਤੁਹਾਨੂੰ ਸਿਟੀ ਵਿੱਚ ਮਤਲਬ ਪਿਸ਼ਾਬ ਕਰਨ ਦੀ ਜਗ੍ਹਾ ਨਹੀਂ ਜਾਂ ਪਾਰਕਿੰਗ ਨਹੀਂ ਮਿਲਦੀ, ਇਹ ਕੋਈ ਹੱਲ ਨਹੀਂ ਹੈ। ਔਰ ਦੇਖੋ ਕਿਤਨੇ ਲੋਕ ਨੇ ਜਿਹੜੇ ਕਿ ਗੱਡੀਆਂ ਚਲਾਉਂਦੇ ਨੇ, ਉਹਨਾਂ ਨੂੰ ਕਿਡਨੀ ਸਟੋਨ ਨੇ, ਉਹਨਾਂ ਨੂੰ ਸੈਕਸ਼ੂਅਲ ਵੀਕਨੈਸ ਹੋ ਜਾਂਦੀ ਹੈ ਬਹੁਤ ਜ਼ਿਆਦਾ, ਮਤਲਬ ਕਿਉਂਕਿ ਬਹਿ ਬਹਿ ਕੇ ਤੁਸੀਂ ਇਸ ਆਪਣੇ ਜਿਹੜਾ ਥੱਲੇ ਵਾਲਾ ਹਿੱਸਾ ਹੈ ਉਹਦੇ ਸਰਕੂਲੇਸ਼ਨ ਘੱਟ ਜਾਂਦੀ ਹੈ, ਇਹ ਵਜ੍ਹਾ ਹੁੰਦੀ ਹੈ, ਤੁਹਾਨੂੰ ਬਵਾਸੀਰ ਦਾ ਪ੍ਰੋਬਲਮ ਹੋ ਜਾਂਦਾ ਹੈ, ਤੁਹਾਡੀ ਸੈਕਸ਼ੂਅਲ ਵੀਕਨੈਸ ਹੋ ਜਾਂਦੀ ਹੈ, ਤੁਹਾਨੂੰ ਕਿਡਨੀ ਸਟੋਨ ਹੋ ਜਾਂਦੇ ਹੈ, ਯੂਰੀਨਰੀ ਪ੍ਰੋਬਲਮ ਹੁੰਦੀ ਹੈ, ਯੂਰਿਨ 'ਚ ਵਾਰ ਵਾਰ ਜਲਨ ਹੁੰਦੀ ਹੈ, ਸਮਝ ਗਏ ਨਾ। ਔਰ ਇਹਨਾਂ ਲੋਕਾਂ ਨੂੰ ਹੀ ਜਿਹੜੇ ਅਕਸਰ ਮਤਲਬ ਜਦੋਂ ਰਾਤ ਨੂੰ ਕੰਮ ਕਰਕੇ ਵਾਪਸ ਘਰ ਜਾਂਦੇ ਹੈ ਉਸ ਵੇਲੇ ਉਹ ਖਾਣਾ ਵਗੈਰਾ ਖਾ ਕੇ ਰਾਈਟ ਅਵੇ ਸੋ ਜਾਂਦੇ ਹੈ, ਇਹ ਸਭ ਤੋਂ ਵੱਡਾ ਪ੍ਰੋਬਲਮ ਹੈ।
ਰੋਟੀ ਪਾਣੀ ਖਾ ਕੇ ਤੁਸੀਂ ਪੂਰੀ ਟੈਂਕੀ ਫੁੱਲ ਕਰ ਲਈ ਆਪਣੀ, ਹੁਣ ਉਸੇ ਵੇਲੇ ਸੌ ਗਏ ਹੋ ਅਤੇ ਉਹ ਤੁਹਾਡੇ ਸਟਮਕ ਪ੍ਰੋਬਲਮ ਵੀ ਸ਼ੁਰੂ ਹੋ ਜਾਂਦੇ। ਐਵਰੀ ਅਦਰ ਪਰਸਨ ਇੱਥੇ ਜਿਹੜਾ, ਸੋ ਮਤਲਬ ਇਹ ਗੱਲ ਕਹਿ ਸਕਦੇ ਹਾਂ ਕਿ ਇੱਕ ਪ੍ਰੋਬਲਮ ਤੋਂ ਬਾਅਦ ਕਈ ਪ੍ਰੋਬਲਮਸ ਜਿਹੜੀਆਂ ਨੇ ਉਹ ਇਕੱਠੀਆਂ ਸ਼ੁਰੂ ਹੁੰਦੀਆਂ ਨੇ ਕਿ ਆਹ ਵੀ ਹੋ ਗਈ, ਆਹ ਵੀ ਹੋ ਗਈ, ਆਹ ਵੀ ਹੋ ਗਈ, ਬਿਲਕੁਲ ਸਮੱਸਿਆ ਦਰ ਸਮੱਸਿਆ ਹੁੰਦੀ ਹੈ। ਅਤੇ ਹੁਣ ਹੋਮਿਓਪੈਥਿਕ ਹਰਬਲ ਡਾਕਟਰ ਜਿਹੜਾ ਉਹ ਬੰਦੇ ਨੂੰ ਤੁਸੀਂ ਕਹਿ ਰਹੇ ਸਿਰ ਦਰਦ ਹੋ ਰਿਹਾ ਅਤੇ ਡਾਕਟਰ ਸਾਹਿਬ ਪੁੱਛਦੇ ਨੇ ਤੁਹਾਨੂੰ ਕਬਜ਼ ਹੈ ਕਿ ਨਹੀਂ, ਮਤਲਬ ਮੈਨੂੰ ਸਿਰ ਦਰਦ ਹੋ ਰਿਹਾ ਤੁਸੀਂ ਕਬਜ਼ ਦਾ ਪੁੱਛ ਰਹੇ ਹੋ, ਕਿਉਂਕਿ ਉਹਦਾ ਉਹਦੀ ਵਜ੍ਹਾ ਹੈ ਕਿ ਅਗਰ ਤੁਸੀਂ ਤੁਹਾਡੇ ਮਾਡਰਨ ਲਾਈਫ ਸਟਾਈਲ ਵਿੱਚ ਤੁਸੀਂ ਇਤਨਾ ਫਾਈਬਰ ਨਹੀਂ ਖਾਂਦੇ, ਪਾਣੀ ਨਹੀਂ ਪੀਂਦੇ, ਲੇਟ ਖਾਣਾ ਖਾ ਕੇ ਸੌਂ ਜਾਂਦੇ, ਉਹਦੇ 'ਤੇ ਕਬਜ਼ ਤਾਂ ਹੋਣੀ ਹੋਣੀ ਹੈ, ਸੁਭਾਵਿਕ ਹੈ। ਔਰ ਕਬਜ਼ ਅਗਰ ਹੈ ਤੁਹਾਨੂੰ ਤਾਂ ਤੁਹਾਨੂੰ ਬਲੱਡ ਪ੍ਰੈਸ਼ਰ ਵੀ ਹੋ ਸਕਦਾ, ਕਬਜ਼ ਸਹੀ ਹੋ ਜਾਏਗੀ ਤੁਹਾਡਾ ਬਲੱਡ ਪ੍ਰੈਸ਼ਰ ਵੀ ਠੀਕ ਹੋ ਜਾਏਗਾ, ਤੁਹਾਡੇ ਸਟਮਕ ਪ੍ਰੋਬਲਮ, ਤੁਹਾਡੀ ਵੀਕਨੈਸ ਇੰਨੀ ਹੋ ਜਾਂਦੀ ਹੈ। ਹੁਣ ਦੇਖੋ ਅਗਰ ਡਾਈਜੈਸ਼ਨ ਤੁਹਾਡਾ ਠੀਕ ਨਹੀਂ, ਤੁਸੀਂ ਭਾਵੇਂ ਸੋਨਾ ਵੀ ਖਾ ਲਓਗੇ ਤਾਂ ਤੁਹਾਨੂੰ ਅਸਰ ਨਹੀਂ ਹੋਏਗਾ ਬਾਡੀ, ਅਤੇ ਤੁਸੀਂ ਵੀਕਨੈਸ ਮਹਿਸੂਸ ਕਰੋਗੇ ਔਰ ਬਹਿ ਬਹਿ ਕੇ ਤੁਹਾਨੂੰ ਸਰਕੂਲੇਸ਼ਨ ਦਾ ਪ੍ਰੋਬਲਮ ਹੋ ਜਾਏਗਾ। ਅਕਸਰ ਇਹ ਮਸ਼ਹੂਰ ਹੈ ਜੀ, ਇੱਕ ਪ੍ਰੈਸ਼ਰ ਨਾਲ ਕਈ ਪ੍ਰੈਸ਼ਰ, ਹੈੱਡ ਦਾ ਪ੍ਰੈਸ਼ਰ ਤੁਹਾਡੇ ਦਾ, ਬਿਲਕੁਲ ਹਾਂਜੀ, ਬਲੱਡ ਦਾ ਪ੍ਰੈਸ਼ਰ ਤੁਹਾਡੇ ਦਾ, ਉਹ ਸਾਰੇ ਅਪਸੈਟ ਜਿਹੜੇ ਆ ਉਹ ਹੋ ਜਾਂਦੇ। ਉਹ ਤੁਸੀਂ ਅਗਰ ਆਪਣਾ, ਮੈਂ ਤਾਂ ਟੈਂਕੀ ਫੁੱਲ ਕਰ ਕੇ ਇਹਨੂੰ ਕਹਿੰਦਾ ਸਟਮਕ ਤੁਹਾਡਾ ਫੁੱਲ ਹੈ, ਅਗਰ ਰਾਤ ਨੂੰ ਰੋਟੀ ਖਾ ਕੇ ਤੁਸੀਂ ਨੀਂਦ ਵੀ ਸਹੀ ਨਹੀਂ ਆਏਗੀ, ਖਾਣਾ ਹਜ਼ਮ ਨਹੀਂ ਹੋਏਗਾ, ਉਹ ਤੁਹਾਨੂੰ ਨੀਂਦ ਨਹੀਂ ਆਏਗੀ, ਤੁਹਾਨੂੰ ਸੁਬਹਾ ਦੇਖੋਗੇ ਬਲੱਡ ਪ੍ਰੈਸ਼ਰ ਵੀ ਵਧਿਆ ਹੋਏਗਾ। ਅੱਜ ਕਈ ਕਹਿੰਦੇ ਰੋਟੀ ਘੱਟ ਖਾਈਏ ਤਾਂ ਫਿਰ ਨੀਂਦ ਨਹੀਂ ਆਉਂਦੀ, ਮਤਲਬ ਬਿਲਕੁਲ ਘੱਟ ਵੀ ਨਹੀਂ ਖਾਣੀ ਚਾਹੀਦੀ, ਮਤਲਬ ਮੁਨਾਸਿਬ, ਲੇਕਿਨ 2 ਘੰਟੇ ਬਾਅਦ ਸੋਣਾ ਚਾਹੀਦਾ, ਠੀਕ ਹੈ, ਮਤਲਬ ਖਾਣਾ ਖਾਣਾ ਕੋਈ ਮਨਾ ਨਹੀਂ ਹੈ, ਲੇਕਿਨ ਅਗਰ ਤੁਸੀਂ ਰੋਟੀ ਪਾਣੀ ਖਾ ਕੇ ਉਸੇ ਵੇਲੇ ਸੋ ਜਾਓਗੇ ਤਾਂ ਕੀ ਹੋਏਗਾ ਫਿਰ, ਔਰ ਵਾਕ ਵਗੈਰਾ। ਸਰਦੀਆਂ ਹੈਗੀਆਂ ਨਾ, ਵਾਕ ਹੁੰਦੀ ਨਹੀਂ ਹੈ ਸਰਦੀਆਂ ਦੇ ਵਿੱਚ, ਵਾਕ ਅੰਦਰ ਮੈਂ ਤਾਂ ਕਹਿੰਦਾ ਕਿ ਲਿਵਿੰਗ ਰੂਮ 'ਚ ਜਿਹੜਾ ਸੋਫਾ ਹੈ ਉਹਦੇ ਦੁਆਲੇ 10 ਚੱਕਰ ਲਾ ਲਓ, ਕੋਈ ਤੁਸੀਂ ਕੋਈ ਜਿਮ ਜਾਣੇ ਦੀ ਕੋਈ ਤੁਹਾਨੂੰ ਜ਼ਰੂਰਤ ਨਹੀਂ ਹੈ, ਉੱਥੇ ਡੈਂਡ ਬੈਠਕਾਂ ਕੱਢ ਲਓ, ਉੱਠਕ ਬੈਠਕ ਕਰ ਲਓ, ਬਾਥਰੂਮ 'ਚ ਤੁਸੀਂ ਉੱਤੇ ਥੱਲੇ 10 ਦਫ਼ਾ ਕਰ ਲਓ ਅਤੇ ਉਹਦੇ ਨਾਲ ਵੀ ਬੜਾ ਫਰਕ ਪੈਂਦਾ। ਕੋਈ ਇਹ ਨਹੀਂ ਕਿ ਤੁਸੀਂ ਹੁਣ ਬਾਹਰ ਜਾਓ ਜਾਂ ਇੱਧਰ ਉੱਧਰ ਜਾਓ, ਕੋਈ ਮੂਵਮੈਂਟ ਕਰੋ ਆਪਣੀ, ਅਤੇ ਉਹਦੇ ਨਾਲ ਤੁਹਾਡੀ ਬਲੱਡ ਸਰਕੂਲੇਸ਼ਨ ਜਿਹੜੀ ਹੈ ਉਹ ਅੱਛੀ ਹੁੰਦੀ ਹੈ, ਔਰ ਬਲੱਡ ਸਰਕੂਲੇਸ਼ਨ ਅਗਰ ਅੱਛੀ ਹੋਏਗੀ ਤਾਂ ਸਾਰੀ ਤੁਹਾਡੀ ਬਾਡੀ ਦੇ ਪਾਰਟ ਕੰਮ ਕਰਨਗੇ। ਸੋ ਜੇਕਰ ਕੁਛ ਹਿੱਸੇ ਤੱਕ ਕਿਡਨੀ ਜਿਹੜੀ ਹੈ ਤੁਹਾਡੀ ਡੈਮੇਜ ਹੁੰਦੀ ਹੈ ਅਤੇ ਤੁਸੀਂ ਪਰਹੇਜ਼ ਕਰਦੇ ਹੋ ਔਰ ਉਹਦੇ ਉੱਤੇ ਸਾਰਾ ਵਰਕ ਕਰਦੇ ਹੋ ਜਾਂ ਹੋਮਿਓਪੈਥੀ ਜਾਂ ਹਰਬਲ ਦਵਾਈ ਜਿਹੜੀ ਹੈ ਉਹ ਸ਼ੁਰੂ ਕਰਦੇ ਹੋ ਅਤੇ ਉਸੇ ਵੇਲੇ ਉਹ ਡੈਮੇਜ ਰੁਕ ਜਾਂਦਾ ਅਤੇ ਫਿਰ ਉਸ ਤੋਂ ਬਾਅਦ ਰਿਕਵਰ ਵੀ ਕਿਡਨੀ ਹੋ ਜਾਂਦੀ? ਜੀ ਬਿਲਕੁਲ, ਔਰ ਜਿਵੇਂ ਲਿਵਰ ਰਿਕਵਰ ਹੋ ਜਾਂਦਾ ਜੀ, ਕਿਡਨੀ ਦਾ ਅਗਰ ਹੈ ਕਿ ਤੁਹਾਡੇ ਅਗਰ 20% ਵੀ ਕੰਮ ਕਰ ਰਹੀ ਹੈ ਜੀ ਅਤੇ ਉਹ ਦੈਸ ਇਨ ਆਫ ਯੂ ਨੋ, ਮਤਲਬ ਹੋਰ ਮਜ਼ੀਦ ਨਾ ਖਰਾਬ ਹੋਵੇ, ਤੁਹਾਨੂੰ ਡਾਇਲੈਸਿਸ ਤੋਂ ਬਚਾ ਰਹੀ ਹੈ, ਹੋਰ ਕੀ ਚਾਹੀਦਾ ਤੁਹਾਨੂੰ, ਸਮਝ ਗਏ ਨਾ? ਔਰ ਇਸੇ ਤਰ੍ਹਾਂ ਹੀ ਹੈ ਕਿ ਅਗਰ ਤੁਸੀਂ ਅੰਗਰੇਜ਼ੀ ਦਵਾਈਆਂ ਖਾ ਰਹੇ ਹੋ ਉਹ ਤੁਹਾਡੇ ਔਰਗਨ ਨੂੰ ਹੋਰ ਖਰਾਬ ਕਰ ਰਹੀਆਂ ਨੇ, ਠੀਕ ਹੈ, ਉਹ ਤੁਸੀਂ ਡਾਕਟਰ ਕੋਲ ਪੁੱਛੋਗੇ, ਉਹ ਕਹੇਗਾ ਜੀ ਇਹ ਦਵਾਈਆਂ ਖਾਓ ਕਿਉਂਕਿ ਦੂਜੀ ਦਵਾਈ ਕੋਈ ਨਹੀਂ ਖਾਣੀ, ਤੁਸੀਂ ਆਪਣੀ ਇਹ ਚੀਜ਼ਾਂ ਨੂੰ ਕੰਟਰੋਲ ਕਰਨਾ। ਲੇਕਿਨ ਅਗਰ ਤੁਹਾਨੂੰ ਪਤਾ ਹੈ ਸਬਸਟੀਟਿਊਟ ਤੁਹਾਡੇ ਕੋਲ ਹੈ ਹੋਮਿਓਪੈਥਿਕ ਹਰਬਲ ਦਵਾਈ ਦਾ, ਤਾਂ ਤੁਸੀਂ ਵਾਈ ਯੂ ਡੋਂਟ ਟਰਾਈ, ਬੜਾ ਬੜਾ ਜ਼ਰੂਰੀ ਹੈ, ਕਾਲਸ ਲੈ ਲਈਏ ਡਾਕਟਰ ਜੀ। ਜੀ ਹੈਲੋ, ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਹਾਂਜੀ ਹਾਂਜੀ, ਕਰੋ ਡਾਕਟਰ ਸਾਹਿਬ ਨਾਲ ਗੱਲ ਜੀ, ਕੀ ਸਮੱਸਿਆ ਤੁਹਾਡੀ? ਓਕੇ ਜੀ ਡਾਕਟਰ ਜੀ, ਜੀ ਸਤਿ ਸ਼੍ਰੀ ਅਕਾਲ ਜੀ, ਹਾਂਜੀ ਜੀ ਜੀ ਦੱਸੋ ਜੀ, ਹਾਂਜੀ ਹਾਂਜੀ, ਕੀ ਸੇਵਾ ਕਰੀਏ ਦੱਸੋ ਜੀ ਡਾਕਟਰ ਸਾਹਿਬ। ਮੇਰੀ ਉਮਰ 60 ਸਾਲ ਆ ਜੀ, ਤੇ ਮੇਰੀ ਮਤਲਬ ਹਰ ਚੀਜ਼ ਨੋਰਮਲ ਆ, ਤੇ ਮੈਨੂੰ ਕਈ ਵਾਰ ਸਾਹ ਦੀ ਪ੍ਰੋਬਲਮ ਹੋ ਜਾਂਦੀ, ਜਿੱਦਾਂ ਮਤਲਬ ਇੱਕ ਵਾਰੀ ਸਾਹ ਮੈਨੂੰ ਸੁੱਕਾ ਜਾਣਾ, ਇੱਕ ਵਾਰੀ ਮੈਂ ਖਿੱਚ ਕੇ ਲੈਣਾ ਜੀ। ਓਕੇ, ਤੇ ਤੁਹਾਡਾ ਵੇਟ ਕਿੰਨਾ? ਵੇਟ ਮੇਰਾ 200 ਹੈ। ਔਰ ਹਾਈਟ? ਹਾਈਟ 5'8" 5'8" ਜ਼ਿਆਦਾ ਫਿਰ ਵੇਟ ਹੈ। ਹਾਂਜੀ, ਤੇ ਤੁਹਾਨੂੰ ਇੱਕ ਸਾਡਾ ਬਹੁਤ ਅੱਛਾ ਫਾਰਮੂਲਾ ਪ੍ਰੋ ਹਾਰਟ ਦੇ ਨਾਂ ਤੇ ਹੈ, ਜਿਹੜਾ ਕਿ ਤੁਹਾਡੀ ਬਲੱਡ ਸਰਕੂਲੇਸ਼ਨ ਨੂੰ ਅੱਛਾ ਕਰਦਾ, ਹਾਰਟ ਦੇ ਮਸਲ ਨੂੰ ਸਟਰੋਂਗ ਕਰੇਗਾ। ਔਰ ਇਹ ਅਕਸਰ ਹੋ ਜਾਂਦਾ ਕਿ ਤੁਹਾਡਾ ਅਗਰ ਤੁਸੀਂ ਜ਼ਰਾ ਵਾਕ ਕਰਦੇ ਹੋ ਤੁਹਾਨੂੰ ਹੈਵੀਨੈਸ ਹੁੰਦੀ ਹੈ, ਸਰਕੂਲੇਸ਼ਨ ਦੀ ਪ੍ਰੋਬਲਮ ਹੁੰਦਾ, ਸਮਝ ਗਏ? ਤੇ ਹੁਣ 62 ਸਾਲ ਦੀ ਉਮਰ ਤੁਸੀਂ ਅਗਰ ਇਹਦਾ ਪ੍ਰੀਵੈਂਸ਼ਨ ਕਰਨਾ ਸ਼ੁਰੂ ਕਰ ਦੋਗੇ, ਸਮਝ ਗਏ ਨਾ, ਤੇ ਪ੍ਰੋਬਲਮ ਤੋਂ ਬਚ ਜਾਓਗੇ, ਸਮਝ ਗਏ ਨਾ? ਤੇ ਅਗਰ ਇਸੇ ਤਰ੍ਹਾਂ ਹੀ ਕਹੋਗੇ ਆਪੇ ਠੀਕ ਹੋ ਜਾਏਗਾ, ਕੰਮ ਨਹੀਂ, ਇਹ ਇੱਕ ਤੁਹਾਡੀ ਬਾਡੀ ਦੀ ਜਿਹੜੀ ਹੈ ਰਿਕੁਆਇਰਮੈਂਟ ਹੈ, ਇਹਨੂੰ ਮੇਨਟੇਨੈਂਸ ਚਾਹੀਦੀ ਹੈ। ਹਾਂਜੀ, ਤੇ ਤੁਹਾਨੂੰ ਵੇਟ ਵਾਸਤੇ ਵੀ ਦਾਂਗੇ, ਤੁਹਾਨੂੰ ਪ੍ਰੋ ਹਾਰਟ ਦਾਂਗੇ, ਜਿਹੜਾ ਤੁਹਾਡੇ ਬਲੱਡ ਸਰਕੂਲੇਸ਼ਨ ਅੱਛਾ ਹੋਵੇ, ਤੁਹਾਡੀ ਹਾਰਟ ਦੀਆਂ ਆਰਟਰੀਜ਼ ਜਿਹੜੀਆਂ ਨੇ ਅਗਰ ਉਹ ਥੋੜ੍ਹੀਆਂ ਬਹੁਤ ਬਲੌਕ ਵੀ ਨੇ ਤਾਂ ਉਹ ਵੀ ਖੁੱਲ ਜਾਂਦੀਆਂ ਨੇ ਉਹਦੇ ਨਾਲ, ਠੀਕ ਹੈ ਜੀ? ਅੱਛਾ, ਹਾਂਜੀ, ਤੁਸੀਂ ਕਾਲ ਕਰ ਲੈਣਾ ਆਫਿਸ ਸਾਡੇ, ਆ ਜਾਣਾ ਜਿੱਥੇ ਵੀ ਤੁਸੀਂ ਰਹਿੰਦੇ ਹੋ, ਆਈ ਡੋਂਟ ਨੋ ਕਿੱਥੇ, ਨਿਊਯਾਰਕ 'ਚ ਹੋ ਬਾਹਰ ਹੋ। ਹਾਂਜੀ, ਅਸੀਂ ਇੱਥੇ ਸ਼ਟਲ ਆ। ਹਾਂ ਜੀ, ਤੁਸੀਂ ਕਾਲ ਕਰ ਲੈਣਾ, ਕਾਲ ਕਰ ਲਓ, ਤੁਹਾਨੂੰ ਦਵਾਈ ਭੇਜ ਦੇਣਗੇ ਉਸ ਤਰ੍ਹਾਂ ਦਾ ਡਿਸਕਸ ਕਰਕੇ, ਠੀਕ ਹੈ ਜੀ? ਓਕੇ, ਥੈਂਕ ਯੂ ਜੀ। ਓਕੇ ਜੀ, ਓਕੇ ਓਕੇ, ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਮੈਂ ਡਾਕਟਰ ਸਾਹਿਬ ਨਾਲ ਗੱਲ ਕਰਨੀ ਸੀ। ਜੀ ਬਿਲਕੁਲ, ਬੈਠੇ ਨੇ ਡਾਕਟਰ ਸਾਹਿਬ? ਜੀ ਜੀ, ਦੱਸੋ ਜੀ ਸੇਵਾ ਕਰੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ।
ਮੈਂ ਪੁੱਛਣਾ ਸੀ ਕਿ ਮੇਰੇ ਨਾ ਲੇਟ ਅਕਤੂਬਰ ਤੋਂ ਸ਼ੁਰੂ ਹੋਈ ਆ ਪ੍ਰੋਬਲਮ, ਇਹ ਮੇਰੀ ਲੈਫਟ ਸਾਈਡ ਤੇ ਮੂੰਹ ਦੇ ਵਿੱਚ ਨਾ ਜੀ ਅੰਡਰ ਦ ਟੰਗ ਬਲਿਸਟਰਸ ਹੋ ਜਾਂਦੇ ਨੇ। ਓਕੇ ਓਕੇ, ਸੇਮ ਜਗ੍ਹਾ ਤਾਂ ਨਹੀਂ ਹੁੰਦੇ, ਇਟਸ ਮੂਵਿੰਗ ਅਰਾਊਂਡ, ਪਰ ਰਾਈਟ ਸਾਈਡ ਤੇ ਨਹੀਂ ਕੁਝ ਵੀ ਹੁੰਦਾ। ਓਕੇ ਠੀਕ ਹੈ, ਹੁੰਦਾ ਲੈਫਟ ਸਾਈਡ ਤੇ ਹੁੰਦਾ। ਪਹਿਲੀ ਵਾਰ ਤਾਂ ਆਈ ਵਾਸ ਲਾਈਕ ਬੜੀ ਬਿਗ, ਬਹੁਤ ਕੱਟਾ ਹੋ ਗਿਆ ਸੀਗਾ, ਸਟੀਰੋਇਡ ਮਾਉਥ ਵਾਸ਼ ਕੀਤੀ, ਬਹੁਤ ਕੁਝ ਕੀਤਾ ਐਂਟੀਬਾਇਓਟਿਕ ਲਈ। ਦੈਨ ਆਫਟਰ ਦੈਟ ਇਟ ਕੇਮ ਬੈਕ ਆਫਟਰ ਅ ਮੰਥ ਅਗੇਨ, ਐਂਡ ਦੈਨ ਹੁਣ ਵੀ ਬਾਰ ਬਾਰ ਹੁੰਦਾ ਰਹਿੰਦਾ ਵਾ ਜਾਣੀ। ਠੀਕ ਹੈ, ਤੇ ਇਹ ਤਾਂ ਦੱਸ ਰਿਹਾ ਸਾਨੂੰ ਕਿ ਤੁਹਾਡਾ, ਅੱਛਾ ਤੁਹਾਨੂੰ ਕੋਈ ਸਟ੍ਰੈਸ ਵਗੈਰਾ ਤੇ ਨਹੀਂ ਹੋਈ ਸੀ ਜ਼ਿਆਦਾ? ਸਮਝ ਗਏ, ਤੇ ਉਹਦਾ ਹੱਲ ਜਿਹੜਾ ਐਂਟੀਬਾਇਓਟਿਕ ਨਹੀਂ ਹੈ, ਉਹ ਤੇ ਇਨਫੈਕਸ਼ਨ ਹੋ ਜਾਏ ਤੇ ਐਂਟੀਬਾਇਓਟਿਕ ਖਾ ਲਓ, ਲੇਕਿਨ ਜਿਹੜਾ ਬਾਰ ਬਾਰ ਹੋ ਰਿਹਾ ਉਹਦਾ ਹੋਮਿਓਪੈਥਿਕ ਹਰਬਲ ਚ ਇਲਾਜ ਹੈ। ਸਮਝ ਗਏ, ਉਹਦੇ ਵਿੱਚ ਤੁਹਾਨੂੰ ਅਸੀਂ ਕੁਝ ਰੈਕਮੈਂਡ ਕਰਾਂਗੇ ਜਿਹੜਾ ਤੁਹਾਡਾ ਇਮਿਊਨ ਸਿਸਟਮ ਸਟਰੋਂਗ ਹੋਵੇ, ਤੁਹਾਡਾ ਜਿਹੜਾ ਨਰਵਸ ਸਿਸਟਮ ਹੈ ਉਹ ਵੀ ਸਟਰੋਂਗ ਹੋਵੇ, ਤਾਂ ਤੁਹਾਨੂੰ ਸਟ੍ਰੈਸ ਜ਼ਿਆਦਾ ਨਾ ਹੋਵੇ। ਸਮਝ ਗਏ, ਹਾਂਜੀ, ਤੇ ਫਿਰ ਜਾ ਕੇ ਇਹ ਪ੍ਰੋਬਲਮ ਠੀਕ ਹੋ ਜਾਏ। ਹਾਂਜੀ, ਉਹ ਤਾਂ ਮੈਂ ਸਮਝਦੀ ਹਾਂ, ਰਾਈਟ ਜਵਾ, ਆਈ ਥਾਟ ਦੈਟ ਟੂ, ਪਰ ਪ੍ਰੋਬਲਮ ਇਹ ਕਿ ਓਕੇ ਇਟ ਓਨਲੀ ਵਨ ਸਾਈਡ, ਲੈਫਟ ਸਾਈਡ ਤੇ ਹੁੰਦਾ। ਉਹ ਦੇਖੋ ਅੱਖ ਇੱਕ ਖਰਾਬ ਹੁੰਦੀ ਹੈ, ਕੋਈ ਜ਼ਰੂਰੀ ਤੇ ਨਹੀਂ ਕਿ ਦੂਜੀ ਖਰਾਬ ਹੋਵੇ, ਰਾਈਟ? ਹਾਂਜੀ, ਤੇ ਇਹ ਕੋਈ ਡਿਸਕਸ਼ਨ ਕਰਨ ਦੀ ਗੱਲ ਨਹੀਂ ਕਿ ਬਈ ਲੈਫਟ ਹੋ ਰਿਹਾ ਤੇ ਰਾਈਟ ਹੋ ਰਿਹਾ। ਤੁਸੀਂ ਜਿਹੜਾ ਸਕਰੀਨ ਤੇ ਆ ਰਿਹਾ ਨੰਬਰ ਨਾ ਦੀ, ਇਸ ਤੇ ਉੱਤੇ ਡਾਕਟਰ ਸਾਹਿਬ ਨੂੰ ਕਾਲ ਕਰਿਓ, ਡਾਕਟਰ ਸਾਹਿਬ ਦੀ ਆਫਿਸ ਦਾ ਨੰਬਰ ਹੈ, ਭਾਵੇਂ ਇਹਨਾਂ ਨਾਲ 15-20 ਮਿੰਟ ਸਾਰੀ ਪ੍ਰੋਬਲਮ ਨੂੰ ਡਿਸਕਸ ਕਰਕੇ ਇਹਨਾਂ ਕੋਲੋਂ ਦਵਾਈ ਮੰਗਾਓ। ਓਕੇ ਓਕੇ ਜੀ, ਓਕੇ ਓਕੇ, ਹੈਲੋ, ਹਾਂਜੀ ਡਾਕਟਰ ਸਾਹਿਬ, ਹਾਂਜੀ ਦੱਸੋ, ਸਤਿ ਸ਼੍ਰੀ ਅਕਾਲ ਜੀ। ਅੱਛਾ, ਤੁਸੀਂ ਮੈਨੂੰ ਪਹਿਲਾਂ ਵੀ ਕਾਲ ਕੀਤਾ ਸੀ, ਤੁਸੀਂ ਟਾਈਮ ਤੇ ਜ਼ਰਾ ਆਫਿਸ ਦੇ ਟਾਈਮ 'ਚ ਕਾਲ ਕਰਿਆ ਕਰੋ, ਔਰ ਤੁਹਾਡੇ ਨਾਲ ਪੂਰੀ ਡਿਟੇਲ ਨਾਲ ਗੱਲ ਕਰਕੇ ਤੁਹਾਨੂੰ ਕੋਈ ਦਵਾਈ ਰੈਕਮੈਂਡ ਕੀਤੀ ਜਾ ਸਕਦੀ ਹੈ। ਸਮਝ ਗਏ, ਹਰ ਬੰਦੇ ਕੋਲ ਹੁੰਦਾ, ਜਦੋਂ ਮਰਜ਼ੀ ਬ੍ਰੇਕ ਕਰਕੇ 10 ਮਿੰਟ ਦੀ ਡਾਕਟਰ ਸਾਹਿਬ ਨਾਲ ਗੱਲ ਕਰ ਲਓ। ਅੱਗੇ ਵੀ ਇੱਕ ਦੋ ਵਿਚਾਰੇ ਗੱਲ ਕਰ ਚੁੱਕੇ ਆ, ਫਿਰ ਅਸੀਂ ਕਿਹਾ ਬਾਅਦ 'ਚ ਕਾਲ ਕਰਾਂਗੇ, ਲੇਕਿਨ ਫਿਰ ਗੱਲ ਨਹੀਂ ਹੋਈ। ਤੇ ਤੁਸੀਂ ਸੈਟਰਡੇ ਸੰਡੇ ਕਦੇ ਕੋਈ ਟਾਈਮ ਛੁੱਟੀ ਦਾ ਕੱਢ ਕੇ ਆਪਣੀ ਸਿਹਤ ਵਾਸਤੇ ਤੇ ਕੋਈ ਟਾਈਮ ਕੱਢੋ ਨਾ ਫਿਰ। ਹਾਂਜੀ, ਤੁਸੀਂ ਮੈਨੂੰ ਕਿਹਾ ਸੀ ਸੰਡੇ ਨੂੰ ਕਰੋ ਤੇ ਮੈਂ ਸੰਡੇ ਨੂੰ ਕੀਤਾ ਸੀ, ਉਸ ਦਿਨ ਵੀ ਤੁਸੀਂ ਨਹੀਂ ਚੁੱਕਿਆ। ਸੰਡੇ ਤੇ ਮੈਂ ਕਦੇ ਹੁੰਦਾ ਕਦੇ ਨਹੀਂ ਹੁੰਦਾ ਨਾ, ਤੇ ਚਲੋ ਤੁਸੀਂ ਇਸ ਸੰਡੇ ਨੂੰ ਤੁਸੀਂ 4 ਵਜੇ ਕਾਲ ਕਰ ਲੈਣਾ ਨਿਊਯਾਰਕ ਟਾਈਮ, ਠੀਕ ਹੈ? ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਮਿਹਰਬਾਨੀ ਜੀ, ਮਿਹਰਬਾਨੀ ਜੀ, ਮਿਹਰਬਾਨੀ ਡਾਕਟਰ ਸਾਹਿਬ। ਦੇਖੋ ਕਿਸ ਤਰ੍ਹਾਂ ਦੀਆਂ ਭਿਆਨਕ ਭਿਆਨਕ ਬਿਮਾਰੀਆਂ ਜਿਹਨਾਂ ਬਾਰੇ ਬੰਦਾ ਸੋਚਦਾ ਵੀ ਨਹੀਂ ਹੈ, ਔਰ ਕੋਈ ਸਟ੍ਰੈਸ ਜਿਹੜੀ ਹੈ ਅੱਜ ਦੀ ਤਰੀਕ ਦੇ ਵਿੱਚ ਇੱਕ ਬਹੁਤ ਵੱਡੇ ਪੱਧਰ ਦੇ ਉੱਤੇ ਕਾਰਗਰ ਹੈ। ਮੈਨੂੰ ਲੱਗਦਾ ਕਿ ਸਟ੍ਰੈਸ ਦੇ ਉੱਤੇ ਕੋਈ ਅਗਲਾ ਪ੍ਰੋਗਰਾਮ ਆਪਾਂ ਨੂੰ ਸਪੈਸ਼ਲ ਕਰਨਾ ਜ਼ਰੂਰ ਪਏਗਾ, ਕਿਉਂਕਿ ਅੱਜ ਦੀ ਤਰੀਕ ਦੇ ਵਿੱਚ ਹਰ ਤੀਜਾ ਵਿਅਕਤੀ ਜਿਸ ਦੀ ਉਮਰ, ਮੇਰਾ ਖਿਆਲ ਹੈ ਕਿ ਮੈਨੂੰ ਅੱਜ ਹੀ ਇੱਕ 18 ਸਾਲ ਦਾ ਨੌਜਵਾਨ ਮਿਲਿਆ, ਉਹ ਸਿਰਫ ਇਸ ਗੱਲ ਤੋਂ ਸਟ੍ਰੈਸ ਦੇ ਵਿੱਚ ਹੈ ਕਿ ਉਹਦੇ ਕੋਲ ਕੰਮ ਨਹੀਂ ਹੈ, ਜੋ ਕੰਮ ਮਿਲਦਾ ਤੇ ਉਹਨੂੰ ਉਹਦੇ ਨਾਪ ਦਾ ਨਹੀਂ ਮਿਲਦਾ ਜਾਂ ਕੁਛ ਨਹੀਂ ਮਿਲਦਾ। ਮਤਲਬ ਬਜ਼ੁਰਗਾਂ ਤੋਂ ਲੈ ਕੇ ਤੇ 16-16 ਸਾਲ ਦੇ ਬੱਚਿਆਂ ਤੱਕ, ਔਰ ਖਾਸ ਤੌਰ ਦੇ ਉੱਤੇ ਅੱਜ ਦੀ ਤਰੀਕ ਦੇ ਵਿੱਚ ਜਿਹੜੀਆਂ ਬੱਚੀਆਂ ਨੇ ਜਿਹੜੀਆਂ ਕਈ ਪੜ੍ਹਦੀਆਂ ਵੀ ਨੇ, ਐਜੂਕੇਸ਼ਨ ਦੇ ਮਸਲੇ ਨੂੰ ਲੈ ਕੇ ਵੀ ਉਹ ਸਟ੍ਰੈਸ ਦਾ ਸ਼ਿਕਾਰ ਬਹੁਤ ਜ਼ਿਆਦਾ। ਮਤਲਬ ਮੈਂ ਇਹ ਸਮਝਾਂਗਾ ਵੀ ਲੋਕਾਂ ਦਾ ਮੰਨਣਾ ਵੀ ਸਟ੍ਰੈਸ ਪਤਾ ਨਹੀਂ ਕੁਛ ਕੋਈ ਐਡੀ ਚੀਜ਼ ਨਹੀਂ ਹੈ, ਪਰ ਸਟ੍ਰੈਸ ਜਿਹੜੀ ਹੈ ਨਾ ਉਹ ਬਹੁਤ ਵੱਡੀ ਮਤਲਬ ਬਿਮਾਰੀ ਹੈ, ਔਰ ਕਈ ਵਾਰੀ ਐਲੋਪੈਥੀ 'ਚ ਸਟਰੋਂਗ ਦਵਾਈਆਂ ਦਿੱਤੀਆਂ ਜਾਂਦੀਆਂ ਨੇ ਉਹਨਾਂ ਨਾਲ, ਉਹੀ ਫਿਰ ਜਾ ਕੇ ਸਟ੍ਰੈਸ ਜਿਹੜਾ ਅੱਗੇ ਜਾ ਕੇ ਡਿਪਰੈਸ਼ਨ 'ਚ ਚੇਂਜ ਹੋ ਜਾਂਦਾ ਔਰ ਆਊਟ ਆਫ ਕੰਟਰੋਲ ਵੀ ਹੋ ਜਾਂਦਾ। ਸ਼ੁਰੂ 'ਚ ਥੋੜ੍ਹਾ ਬਹੁਤ ਹੁੰਦੀ ਹੈ ਸਟ੍ਰੈਸ, ਫਿਰ ਐਂਗਜ਼ਾਇਟੀ ਹੋ ਜਾਂਦੀ ਹੈ, ਛੋਟਾ ਸਟ੍ਰੈਸ ਵੀ ਤੇ ਛੋਟੀ ਭੈਣ ਹੈਗੀ ਡਿਪਰੈਸ਼ਨ ਦੀ। ਬਿਲਕੁਲ ਬਿਲਕੁਲ, ਸਟਾਰਟ ਇਸ ਤਰ੍ਹਾਂ ਹੀ ਹੁੰਦਾ, ਕੋਈ ਉਹਦੇ ਵਿੱਚ ਕੋਈ ਇਸ ਤਰ੍ਹਾਂ ਦੀ ਤਾਂ ਗੱਲ ਹੈ ਨਹੀਂ। ਸੋ ਕਿਡਨੀ ਦੇ ਉੱਤੇ ਫਾਈਨਲ ਜਿਹੜੀ ਹੈਗੀ ਹੈ ਗੱਲ ਕਰੀਏ ਵੀ ਕੋਈ ਘਰੇਲੂ ਰੈਮੇਡੀ ਕਿਹੜੀ ਹੈ ਜਿਸ ਦੇ ਵਿੱਚ ਐਲੀਓਪੈਥੀ ਡਾਇਬਿਟੀ ਵਾਲਿਆਂ ਨੂੰ ਦਵਾਈਆਂ ਵੀ ਖਾਣੀਆਂ ਪੈਂਦੀਆਂ ਨੇ, ਪਰ ਉਸ ਦੇ ਨਾਲ ਨਾਲ ਆਪਣੀ ਕਿਡਨੀ ਨੂੰ ਪ੍ਰੋਟੈਕਟ ਕਰਨ ਵਾਸਤੇ ਕਿਸ ਤਰ੍ਹਾਂ ਦੇ ਘਰੇਲੂ ਨੁਕਤੇ ਜਿਹੜੇ ਨੇ ਉਹ ਅਕਸਰ ਵਰਤੇ ਜਾਂਦੇ? ਹਾਂਜੀ, ਕਿਡਨੀ 'ਚ ਕੀ ਹੈ, ਇੱਕ ਤਾਂ ਕਿਡਨੀ ਸਟੋਨ ਹੋਣਾ ਇੱਕ ਡਿਫਰੈਂਟ ਪ੍ਰੋਬਲਮ ਹੁੰਦਾ, ਜਿਹੜਾ ਕਿ ਉਹਦੇ ਵਾਸਤੇ ਮੈਂ ਆਲਵੇਜ਼ ਮੈਂ ਡੈਮੇਜ ਦੀ ਗੱਲ ਕਰਦਾ, ਪਾਣੀ ਵਗੈਰਾ ਜ਼ਿਆਦਾ ਪੀਓ ਤਾਂ ਕਿ ਤੁਹਾਡਾ ਕਿਡਨੀ ਸਟੋਨ ਨਾ ਬਣਨ,
ਮਤਲਬ ਘਰੇਲੂ ਨੁਸਖਾ ਇਹ ਹੀ ਹੈ ਕਿ ਪਾਣੀ ਦਾ ਇਸਤੇਮਾਲ ਜ਼ਿਆਦਾ ਕਰੋ। ਔਰ ਅਕਸਰ ਔਰਤਾਂ ਵਿੱਚ ਕੀ ਹੁੰਦਾ ਕਿ ਉਹਨਾਂ ਨੂੰ ਵਾਰ ਵਾਰ ਯੂਰੀਨਰੀ ਇਨਫੈਕਸ਼ਨਸ ਹੁੰਦੇ ਨੇ, ਸੁਣਿਆ ਹੋਏਗਾ ਅਕਸਰ ਤੁਸੀਂ ਡਾਕਟਰਾਂ ਕੋਲ ਵੀ ਵਾਰ ਵਾਰ ਉਹਨਾਂ ਨੂੰ ਐਂਟੀਬਾਇਟਿਕ ਦੇ ਦੇ ਕੇ। ਔਰ ਉਹ ਵੀ ਇੱਕ ਵਜ੍ਹਾ ਹੁੰਦੀ ਹੈ ਕਿ ਇੱਕ ਤੁਸੀਂ ਪਾਣੀ ਘੱਟ ਪੀਂਦੇ ਹੋ, ਇੱਕ ਤੁਹਾਡਾ ਸਟ੍ਰੈਸ ਔਰ ਟੈਨਸ਼ਨ ਦੀ ਵਜ੍ਹਾ ਨਾਲ ਤੁਹਾਡਾ ਇਮਿਊਨ ਸਿਸਟਮ ਡਿਫੈਂਸ ਜਿਹੜਾ ਬਾਡੀ ਦਾ ਵੀਕ ਹੋ ਜਾਂਦਾ ਹੈ, ਅਤੇ ਉਹਦੇ ਵਾਸਤੇ ਹੋਮਿਓਪੈਥਿਕ ਹਰਬਲ 'ਚ ਬਹੁਤ ਅੱਛਾ ਇਲਾਜ ਹੁੰਦਾ ਹੈ। ਵਾਰ ਵਾਰ ਪਿਸ਼ਾਬ ਜਾਣਾ ਵੀ ਬਿਮਾਰੀ ਹੈ? ਹਾਂ, ਅਗਰ ਜਲਨ ਵਗੈਰਾ ਹੁੰਦੀ ਹੈ, ਇਨਫੈਕਸ਼ਨ ਹੁੰਦਾ ਹੈ ਉਹ ਵੀ ਮਤਲਬ। ਲੇਕਿਨ ਅਗਰ ਦੇਖੋ ਹੁਣ ਤੁਸੀਂ ਇਸ ਮੌਸਮ ਵਿੱਚ ਅਗਰ ਤੁਸੀਂ 5-6 ਗਲਾਸ ਪਾਣੀ ਪੀਂਦੇ ਹੋ ਅਤੇ ਤੁਹਾਨੂੰ 5-6 ਦਫ਼ਾ ਜਾਣਾ ਪਏਗਾ ਤਾਂ ਉਹ ਕੋਈ ਐਸੀ ਗੱਲ ਨਹੀਂ, ਇਟਸ ਅ ਨੋਰਮਲ, ਸਮਝ ਗਏ ਨਾ। ਲੇਕਿਨ ਜਿਹੜਾ ਵਾਰ ਵਾਰ ਜਾ ਕੇ ਥੋੜ੍ਹਾ ਜਿਹਾ ਪਿਸ਼ਾਬ ਆਉਂਦਾ ਰੁਕਦਾ, ਉਹ ਇੱਕ ਡਿਫਰੈਂਟ ਚੀਜ਼ ਹੁੰਦੀ ਹੈ। ਪ੍ਰੋਸਟੇਟ ਦਾ ਪ੍ਰੋਬਲਮ ਹੁੰਦਾ ਮੈਨ 'ਚ ਸਪੈਸ਼ਲੀ, ਕਿ ਜਿਹੜਾ ਕਿ ਤੁਹਾਡਾ ਦੂਧ ਜਿਸ ਤਰ੍ਹਾਂ ਪੰਜਾਬੀ 'ਚ ਅਸੀਂ ਕਹਿੰਦੇ ਹਾਂ ਉਹ ਵੱਧ ਜਾਂਦੇ ਨੇ, ਉਹਦੀ ਵਜ੍ਹਾ ਨਾਲ ਤੁਹਾਡਾ ਪਿਸ਼ਾਬ ਜਿਹੜਾ ਉਹ ਪੂਰੀ ਤਰ੍ਹਾਂ ਬਲੈਡਰ ਖਾਲੀ ਨਹੀਂ ਹੁੰਦਾ, ਔਰ ਉਹ ਵਾਰ ਵਾਰ ਉਹਦੇ 'ਚ ਮਤਲਬ ਰਾਤ ਨੂੰ ਵੀ ਉੱਠ ਕੇ ਪਿਸ਼ਾਬ ਕੀਤਾ ਜਾਂਦਾ ਅਕਸਰ, ਮਤਲਬ 40 ਸਾਲ ਤੋਂ ਬਾਅਦ ਜਾਂ 45 ਤੋਂ ਬਾਅਦ ਮਰਦਾਂ ਨੂੰ ਇਹ ਹੋ ਜਾਂਦਾ ਪ੍ਰੋਬਲਮ। ਉਹਦਾ ਵੀ ਬਹੁਤ ਅੱਛਾ ਇਲਾਜ ਹੈ ਹੋਮਿਓਪੈਥਿਕ ਵਿੱਚ, ਕਿ ਜਿਹੜਾ ਪ੍ਰੋਸਟੇਟ ਗਲੈਂਡ ਤੁਹਾਡਾ ਜਿਹੜਾ ਸਵੈਲ ਹੋ ਜਾਂਦਾ ਉਹ ਨੋਰਮਲ ਪੋਜੀਸ਼ਨ 'ਚ ਆ ਜਾਂਦਾ, ਅਤੇ ਫਿਰ ਤੁਹਾਨੂੰ ਰਾਤ ਨੂੰ ਉੱਠ ਕੇ ਪਿਸ਼ਾਬ ਨਹੀਂ ਕਰਨਾ ਪੈਂਦਾ ਵਾਰ ਵਾਰ। ਔਰ ਔਰਤਾਂ ਦਾ ਜਿਹੜਾ ਪ੍ਰੋਬਲਮ ਹੁੰਦਾ ਉਹ ਇਨਫੈਕਸ਼ਨ ਦੀ ਵਜ੍ਹਾ ਨਾਲ, ਪਾਣੀ ਨਾ ਪੀ ਕੇ ਵਾਰ ਵਾਰ ਇਨਫੈਕਸ਼ਨ ਹੁੰਦਾ ਯੂਰੀਨਰੀ ਇਨਫੈਕਸ਼ਨ, ਫਿਰ ਐਂਟੀਬਾਇਟਿਕ ਖਾਂਦੇ ਨੇ, ਐਂਟੀਬਾਇਟਿਕ ਖਾ ਕੇ ਵਾਰ ਵਾਰ ਉਹ ਹੋਰ ਸਟਮਕ ਪ੍ਰੋਬਲਮ, ਉਹ ਜਿਹੜਾ ਕਿਡਨੀ ਲੈਣਾ ਚਾਹੁੰਦੇ ਹੋ ਕਾਲ? ਮੈਂ ਕਹਿੰਦਾ ਕਾਲ ਲੈ ਲਈ ਇੱਕ ਜਾਂਦੇ ਜਾਂਦੇ। ਹੈਲੋ ਜੀ, ਸਤਿ ਸ਼੍ਰੀ ਅਕਾਲ, ਕੀ ਕਹੋਗੇ ਜੀ? ਡਾਕਟਰ ਸਾਹਿਬ ਬੈਠੇ ਨੇ, ਮੈਂ ਡਾਕਟਰ ਸਾਹਿਬ ਦਾ ਸਵਾਲ ਕਰਨਾ ਚਾਹੁੰਦਾ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਇਹਨਾਂ ਦਾ ਮੈਂ ਬਹੁਤ ਸ਼ੁਕਰੀਆ ਅਦਾ ਕਰਦਾ, ਇਹਨਾਂ ਦਾ ਜੁੜੇ ਬਾਈ ਨੇ ਭੇਜੀ ਮੈਨੂੰ, ਹਰ ਇੱਕ ਚੀਜ਼ ਦਾ ਆਰਾਮ ਆ ਰਿਹਾ। ਜੀ ਜੀ, ਥੈਂਕ ਯੂ ਜੀ, ਤੇ ਬੜੀ ਹੀ ਇਹਨਾਂ ਦੀ ਦਵਾਈ ਬੜੀ ਕਾਰਾਮਦ ਹੈ ਜੀ। ਜਿਹੜੇ ਵੀਰ ਮੇਰੇ ਦੁਖੀ ਨੇ ਨਾ ਕਿਸੇ ਵੀ ਗੱਲ ਤੋਂ ਜੀ, ਇਹਨਾਂ ਦਾ ਦਵਾਈ ਮੈਂ ਤਾਂ ਬੇਨਤੀ ਕਰ ਮੈਨੂੰ ਇੱਕ ਵਾਰੀ ਹੋਰ ਭੇਜ ਦੇਣਾ ਦਵਾਈਆਂ। ਜੀ ਜੀ, ਤੁਹਾਡਾ ਨਾਂ ਕੀ ਹੈ ਜੀ? ਮੈਂ ਪਛਾਣਿਆ ਨਹੀਂ। ਰਾਜਕੁਮਾਰ। ਰਾਜਕੁਮਾਰ ਜੀ, ਅੱਛਾ ਅੱਛਾ ਜੀ ਜੀ, ਠੀਕ ਹੈ, ਜ਼ਰੂਰ, ਮਿਹਰਬਾਨੀ, ਵਕਤ ਇਜਾਜ਼ਤ ਨਹੀਂ ਦਿੰਦਾ ਮੇਰਾ ਖਿਆਲ ਹੈ ਕਿ ਕਿਤੇ ਜਦੋਂ ਵੀ ਮੈਂ ਤੁਹਾਡੇ ਨਾਲ ਅਗਲਾ ਪ੍ਰੋਗਰਾਮ ਕਰਾਂ ਤੇ ਮੈਂ ਤੁਹਾਡੇ ਨਾਲ ਸਟ੍ਰੈਸ ਦੇ ਉੱਤੇ ਔਰ ਡਿਪਰੈਸ਼ਨ ਦੇ ਉੱਤੇ, ਜਿਹੜੀ ਖਾਸ ਤੌਰ ਦੇ ਉੱਤੇ ਬੱਚਿਆਂ ਦੇ ਵਿੱਚ ਉਹਦੇ ਵਿੱਚ ਪੇਰੈਂਟਸ ਨੂੰ ਕਿਸ ਤਰ੍ਹਾਂ ਦਾ ਧਿਆਨ ਦੇਣਾ ਚਾਹੀਦਾ, ਮੁੱਢ ਕਦੀਮ ਤੋਂ ਲੈ ਕੇ ਪੇਰੈਂਟਸ ਨੂੰ ਘਰ ਦੇ ਵਿੱਚ ਮਾਹੌਲ ਕਿਸ ਤਰ੍ਹਾਂ ਦਾ ਰੱਖਣਾ ਚਾਹੀਦਾ ਤਾਂ ਜੋ ਕਿ ਸਟ੍ਰੈਸ ਤੇ ਡਿਪਰੈਸ਼ਨ ਜਿਹੜੀ ਹੈ ਇਹ ਯਾਦ ਰੱਖਣਾ ਮੇਰੇ ਸਬਜੈਕਟ ਭੁੱਲ ਜਾਵੇ, ਕਿਉਂਕਿ ਮੈਂ ਇਹ ਚਾਹੁੰਦਾ ਹੁੰਦਾ ਕਿ ਕੁਛ ਨਾ ਕੁਛ ਇਸ ਤਰ੍ਹਾਂ ਦਾ ਜਿਹੜਾ ਉਹ ਬੱਚਿਆਂ ਦੇ ਫਾਇਦੇ ਦੀ ਗੱਲ ਹੋਵੇ। ਔਰ ਤੁਹਾਡੀ ਇਹ ਜ਼ਰਾ ਨਵਾਜ਼ੀ ਕਿ ਤੁਸੀਂ ਹਰ ਹਫ਼ਤੇ ਆ ਜਾਂਦੇ ਹੋ ਔਰ ਸਾਡੇ ਦਰਸ਼ਕਾਂ ਦੇ ਨਾਲ ਬਣਦੇ ਹੋ, ਮੈਂ ਤੁਹਾਡਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦਾ। ਔਰ ਜਿਹੜੇ ਸੱਜਣਾਂ ਦੀਆਂ ਕਾਲਸ ਨਹੀਂ ਲੈ ਸਕੇ ਉਹਨਾਂ ਨੂੰ ਗੁਜ਼ਾਰਿਸ਼ ਕਰਾਂਗਾ ਕਿ ਡਾਕਟਰ ਸਾਹਿਬ ਦਾ ਸਕਰੀਨ ਦੇ ਉੱਤੇ 718 ਵਾਲਾ ਨੰਬਰ ਆ ਰਿਹਾ, ਉਸ ਨੰਬਰ ਦੇ ਉੱਤੇ ਇਹਨਾਂ ਨੂੰ ਜਦੋਂ ਮਰਜ਼ੀ ਆਫਿਸ ਜਿਹੜਾ ਹੈ ਉਹ ਟੈਲੀਫੋਨ ਕਰਕੇ ਡਾਕਟਰ ਸਾਹਿਬ ਜਿਹੜਾ ਹੈ ਉਹ ਕੰਸਲਟੇਸ਼ਨ ਦਾ ਕੋਈ ਚਾਰਜ ਨਹੀਂ ਕਰਦੇ, ਤੁਹਾਨੂੰ ਸਹੀ ਦਿਸ਼ਾ ਦਿੰਦੇ, ਤੁਹਾਡੀ ਮਰਜ਼ੀ ਹੋਏਗੀ ਦਵਾਈ ਲੈਣਾ, ਮਰਜ਼ੀ ਹੋਏਗੀ ਘਰ ਦੀ ਰੈਮੇਡੀ ਵੀ ਦੱਸ ਦਿੰਦੇ ਨੇ, ਔਰ ਬੜਾ ਅੱਛਾ ਲੰਬੇ ਸਮੇਂ ਤੋਂ ਕੰਮ ਕਰਦੇ ਨੇ। ਥੈਂਕ ਯੂ ਵੈਰੀ ਮਚ, ਬਹੁਤ ਥੈਂਕ ਯੂ, ਥੈਂਕ ਯੂ।